ਸਾਹਿਬ ਜੀਓ ਡੰਡਾਉਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਕਰ ਹੱਥ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹੀ ਨਾ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਣੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਣੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਭੈਰੋ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਿਨ ਦੇਖੇ ਉਪਜੈ ਨਹੀਂ ਆਸਾ ਜੋ ਦਿਸੈ ਸੋ ਹੋਏ ਬਿਨਾਸਾ ਬਿਨ ਦੇਖੇ ਉਪਜੇ ਨਹੀਂ ਆਸਾ ਜੋ ਦਿਸੈ ਸੋ ਹੋਏ ਬਿਨਾਸਾ ਵਰਨ ਸਹਿਤ ਜੋ ਜਾਪੈ ਨਾਮ ਸੋ ਜੋਗੀ ਕੇਵਲ ਨਹਿਕਾਮ ਪਰਚੈ ਰਾਮ ਰਵੈ ਜੋ ਲੋਈ ਪਰਚੈ ਰਾਮ ਰਵੈ ਜੋ ਕੋਈ ਪਾਰਸ ਪਰਸੈ ਦੁਬਦਾ ਨ ਹੋਈ ਰਹਾਉ ਸੋ ਮੁਨ ਮਨ ਕੀ ਦੁਬਦਾ ਖਾਏ ਬਿਨ ਦੁਆਰੇ ਤ੍ਰੈ ਲੋਕ ਸਮਾਏ ਮਨ ਕਾ ਸੁਭਾਉ ਸਭ ਕੋਈ ਕਰੈ ਕਰਤਾ ਹੋਏ ਸੁ ਅਨ ਪੈ ਰਹੈ ਫਲ ਕਾਰਨ ਫੂਲੀ ਬਨ ਰਾਏ ਫਲ ਲਾਗਾ ਤਬ ਫੂਲ ਬਿਲਾਏ ਗਿਆਨੇ ਕਾਰਨ ਕਰਮ ਅਭਿਆਸ ਗਿਆਨ ਭਇਆ ਤੈ ਕਰਮੈ ਨਾਸ ਕ੍ਰਿਤ ਕਾਰਨ ਦਦ ਮਥੈ ਸਿਆਨ ਜੀਵਤ ਮੁਕਤ ਸਦਾ ਨਿਰਬਾਨ ਕਹਿ ਰਵਿਦਾਸ ਪਰਮ ਬੈਰਾਗ ਹਿਰਦੇ ਰਾਮ ਕੀ ਨਾ ਜਪਸ ਅਭਾਗ ਕਹਿ ਰਵਿਦਾਸ ਪਰਮ ਬੈਰਾਗ ਹਿਰਦੇ ਰਾਮ ਕੀ ਨਾ ਜਪਸ ਅਭਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੁੱਗ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਪਿਆਰ ਵਾਲੇ ਵਡਭਾਗੇ ਹੋ ਗੁਰੂ ਕੀ ਗੋਦ 'ਚ ਬੈਠ ਕੇ ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਨਾਲ ਜੁੜੇ ਹੋ ਸਾਹਿਬ ਜੀ ਦੀ ਕਿਰਪਾ ਸਦਕਾ ਪਾਵਨ ਬਾਣੀ ਦੀ ਵਿਚਾਰ ਕਰਨ ਦਾ ਸਮਾਂ ਪ੍ਰਾਪਤ ਹੋਇਆ ਹੈ ਜਿਸ ਪਾਵਨ ਸ਼ਬਦ ਦਾ ਪਾਠ ਆਪਨੇ ਸਰਵਣ ਕੀਤਾ ਹੈ
ਇਸ ਪਾਵਨ ਸ਼ਬਦ ਅੰਦਰ ਭਗਤ ਰਵਿਦਾਸ ਜੀ ਜੋ ਬਖਸ਼ਿਸ਼ ਕਰਦੇ ਹਨ ਕਿ ਗੁਰੂ ਇੱਕ ਪਾਰਸ ਦੀ ਤਰ੍ਹਾਂ ਹੈ ਅਤੇ ਗੁਰੂ ਪਾਰਸ ਨਾਲ ਜੁੜ ਕਰਕੇ ਹਰ ਮਨੁੱਖ ਸੋਨੇ ਵਰਗਾ ਹੋ ਜਾਂਦਾ ਹੈ। ਹਰ ਮਨੁੱਖ ਦੀ ਜ਼ਿੰਦਗੀ 'ਚੋਂ ਦੁਬਿਧਾ ਮੁੱਕ ਗਈ, ਡਰ ਮੁੱਕ ਗਿਆ ਹੈ। ਹੁਣ ਉਹ ਪਰਮੇਸ਼ਰ ਨੂੰ ਹਰ ਜਗ੍ਹਾ ਵੇਖਦਾ ਹੈ ਅਤੇ ਉਸ ਤੋਂ ਬਿਨਾਂ, ਦੇਖਣ ਤੋਂ ਬਿਨਾਂ ਰਹਿ ਨਹੀਂ ਪਾਉਂਦਾ, ਕਿਉਂਕਿ ਮਨੁੱਖ ਤੇ ਜੀਵਨ 'ਚ ਗਿਆਨ ਹਾਸਲ ਕਰਨਾ ਚਾਹੁੰਦਾ। ਜੋ ਗਿਆਨ ਮਿਲ ਗਿਆ, ਕਰਮ ਕਾਂਡ ਮੁੱਕ ਜਾਂਦੇ ਨੇ। ਆਓ ਇਸ ਪਾਵਨ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਨਾਲ ਸਾਂਝ ਪਾਈਏ। ਦੇਹੋ ਅਸੀਸ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰਾ ਮਨੁੱਖੀ ਢਾਂਚਾ ਜਿਹੜਾ ਧਾਰਮਿਕ ਲੈਵਲ 'ਤੇ ਚੱਲਦਾ ਹੈ ਨਾ, ਉਹ ਬਹੁਤ ਆਤ ਉਹ ਵੀ ਲੋਕ ਲੋਕ ਵੀ ਨੇ ਜਿਹੜੇ ਵਾਕਈ ਦਿਲ ਤੋਂ ਆਪਣੇ ਮਾਲਕ ਨੂੰ ਯਾਦ ਕਰਦੇ ਅਤੇ ਦਿਲ ਤੋਂ ਆਪਣੇ ਗੁਰੂ ਨਾਲ ਪ੍ਰੇਮ ਪਰਮਾਤਮਾ ਨਾਲ ਪ੍ਰੇਮ ਕੀਤਾ ਨਿਭਾਉਂਦੇ ਨੇ। ਅਤੇ ਬਹੁਤ ਸਾਰੇ ਉਹ ਨੇ ਜਿਨ੍ਹਾਂ ਦੇ ਕਾਰਨ ਸਿਰਫ ਅਤੇ ਸਿਰਫ ਇੱਕੋ ਹੀ ਮਨ ਦਾ ਖਿਆਲ ਹੈ ਵੀ ਮਾਇਆ ਇਕੱਤਰ ਹੋਵੇ, ਧਰਮ ਨਾਲ ਕੋਈ ਲੈਣਾ ਦੇਣਾ ਵਾਸਤਾ ਨਹੀਂ। ਔਰ ਜਿਸ ਬੰਦੇ ਦੇ ਦਿਲ ਅੰਦਰ ਕੁਛ ਥੋੜ੍ਹਾ ਬਹੁਤਾ ਧਰਮ ਪ੍ਰਤੀ ਪਿਆਰ ਹੁੰਦਾ ਨਾ, ਉਹ ਵਫ਼ਾਦਾਰ ਵੀ ਹੁੰਦਾ ਆ। ਪਰ ਜਦੋਂ ਧਰਮ ਦਾ ਪਿਆਰ ਮੁੱਕ ਜਾਏ ਨਾ, ਆਪਣੀ ਕੌਮ ਦਾ ਪਿਆਰ ਮੁੱਕ ਜਾਏ, ਤਾਂ ਉਹ ਕੌਮ ਦਾ ਵਫ਼ਾਦਾਰ ਰਹਿੰਦਾ ਹੀ ਨਹੀਂ। ਪਿਆਰ ਹੀ ਤਾਂ ਦਰਦ ਮਹਿਸੂਸ ਕਰਾਉਂਦਾ ਆ। ਮਾਂ ਬਾਪ ਦੇ ਅੰਦਰ ਔਲਾਦ ਪ੍ਰਤੀ ਪਿਆਰ ਹੈ, ਔਲਾਦ ਨੂੰ ਜ਼ਰਾ ਜਿੰਨੀ ਵੀ ਕੋਈ ਤਕਲੀਫ ਹੁੰਦੀ ਅਤੇ ਮਾਂ ਬਾਪ ਨੂੰ ਦੁੱਖ ਵੀ ਹੁੰਦਾ, ਕਿਉਂਕਿ ਪਿਆਰ ਬਣਿਆ। ਜਿਸ ਬੰਦੇ ਦੇ ਅੰਦਰ ਕੌਮ ਪ੍ਰਤੀ ਪਿਆਰ ਬਣਿਆ ਹੋਵੇ ਨਾ, ਉਹਨੂੰ ਦਰਦ ਵੀ ਹੁੰਦਾ ਕੁਛ ਕੌਮ ਨਾਲ ਗਲਤ ਵਾਪਰ ਜਾਏਗਾ। ਉਹ ਜਿਸ ਬੰਦੇ ਅੰਦਰ ਪਿਆਰ ਨਹੀਂ ਹੋਵੇ, ਉਹਨੂੰ ਦਰਦ ਕਦੇ ਨਹੀਂ ਹੁੰਦਾ। ਨਿਰਦਈ ਬੰਦਾ ਕਿੱਥੋਂ ਦਰਦ ਕਰਦਾ ਹੈ, ਉਹਨੂੰ ਤਾਂ ਪਿਆਰ ਹੀ ਨਹੀਂ ਹੈ। ਹੁਣ ਜਿਹੜਾ ਬੰਦਾ ਛੋਟੇ ਛੋਟੇ ਬੱਚੇ ਨੇ ਕਤਲ ਕਰ ਦੇਵੇ, ਮੰਨ ਲਓ ਜਾਨੋਂ ਮਾਰ ਦਿੰਦੇ ਨੇ ਲੋਕ ਅੱਜ ਵੀ, ਉਹ ਨਿਰਦਈ ਹੋ ਚੁੱਕੇ ਨੇ। ਪਿਆਰ ਨਾਂ ਦੀ ਚੀਜ਼ ਉਹਨਾਂ 'ਚੋਂ ਮੁੱਕ ਗਈ ਹੈ। ਉਹਨਾਂ ਨੂੰ ਕਿਸੇ ਤਰ੍ਹਾਂ ਦੇ ਕੋਈ ਵੀ ਰਹਿਮ ਦੀ ਗੱਲ ਉਹਨਾਂ ਨੂੰ ਚੰਗੀ ਲੱਗਦੀ ਵੀ ਨਹੀਂ। ਇਵੇਂ ਕਰਕੇ ਸਤਿਗੁਰੂ ਕਹਿੰਦੇ ਜਦੋਂ ਮਨ ਕਿਤੇ ਗਿੱਜ ਜਾਵੇ ਨਾ, ਆਪਣੇ ਮਾਲਕ ਦੇ ਪਿਆਰ ਜੁੜ ਜਾਏ, ਰੀਝ ਜਾਵੇ, ਫਿਰ ਸਤਿਗੁਰੂ ਕਹਿੰਦੇ ਨੇ ਕਿ ਜੀਵਨ ਸੋਨੇ ਦੀ ਤਰ੍ਹਾਂ ਬਣਦਾ ਹੈ। ਪਰਚੇ ਰਾਮ ਰਵੇ ਜੋ ਕੋਈ, ਪਰਚੇ ਦਾ ਅਰਥ ਇੱਕ ਮੇਕ ਹੋ ਕੇ ਪਸੀਜ ਜਾਣਾ, ਵਿੱਚ ਰੁੱਝ ਜਾਣਾ, ਗਿੱਜ ਜਾਣਾ, ਇੱਕ ਜਗ੍ਹਾ ਮਨ ਜੁੜ ਗਿਆ, ਪਰਚੇ। ਪਰਚੇ ਰਾਮ ਰਵੇ ਜੋ ਕੋਈ, ਜਿਹੜਾ ਆਪਣੇ ਰਵੇ ਹੋਏ ਰਾਮ ਨੂੰ ਆਪਣੇ ਮਨ ਵਿੱਚ ਜੋੜ ਲਵੇ ਜਾਂ ਮਨ ਵਿੱਚ ਥਾਂ ਦੇ ਦੇਵੇ, ਜਿਸ ਰਾਮ ਨੇ ਰੱਬ ਨੇ ਮਨ ਵਿੱਚ ਆ ਕੇ ਥਾਂ ਬਣਾ ਲਈ, ਜਿੱਥੇ ਆ ਕੇ ਰੱਬ ਵਸ ਗਿਆ ਹੈ। ਪਾਚਕ ਦੇ ਪਾਰਸ ਪਰਸੈ ਦੁਬਦਾ ਨਾ ਹੋਈ, ਉੱਥੇ ਫਿਰ ਮਨ ਸਮਝ ਲਓ ਪਾਰਸ ਨਾਲ ਮਿਲ ਗਿਆ, ਦੁਬਦਾ ਮੁੱਕ ਗਈ। ਗੁਰੂ ਪਾਰਸ ਦੀ ਤਰ੍ਹਾਂ ਹੈ, ਗੁਰੂ ਗ੍ਰੰਥ ਸਾਹਿਬ ਨੇ ਬਾਣੀ 'ਚ ਆਖਿਆ, ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ। ਅਤੇ ਸਤਿਗੁਰ ਕਹਿਣ ਲੱਗੇ ਜੋਤੀ ਜੋਤ ਰਲੀ ਕਾਇਆ ਗੜ ਸੋਹਿਆ ਰਾਮ। ਕਾਇਆ ਗੜ ਸਰੀਰਕ ਕਿਲਾ ਸੋਹਣਾ ਲੱਗਣ ਲੱਗ ਪਿਆ ਜਦੋਂ ਗੁਰੂ ਉਹਦੇ 'ਚ ਆ ਕੇ ਵੱਸ ਗਿਆ। ਹੁਣ ਕਿਲਾ ਤੇ ਖੰਡਰ ਸੀਗਾ, ਜਦੋਂ ਰਾਜੇ ਆ ਕੇ ਵੱਸਣ ਲੱਗੇ ਉਹੀ ਖੰਡਰ ਕਿਲੇ ਸੋਹਣੇ ਬਣਨ ਲੱਗ ਪਏ।
ਸਾਂਭ ਸੰਭਾਲ ਹੋਣ ਲੱਗ ਪਈ। ਇਹ ਸਰੀਰ ਆ ਜਿਸ ਬੰਦੇ ਨੂੰ ਖੰਡਰ ਬਣਾ ਲਿਆ, ਇਹਨੇ ਜ਼ਹਿਰ ਹੀ ਪਾਈ ਜਾਣਾ, ਗੰਦਗੀ ਪਾਈ, ਗਾਂਦੀ ਪਾਈ, ਖਲਾਰਾ ਪਾਊਗਾ। ਜਿੱਦਣ ਇਹ 'ਚ ਆ ਕੇ ਸੋਹਣਾ ਮਨੁੱਖੀ ਸੁਭਾਅ ਵਸ ਗਿਆ ਨਾ, ਰੱਬ ਦਾ ਪਿਆਰ ਵਸ ਗਿਆ, ਇਹ ਜ਼ਿੰਦਗੀ ਸਵਰ ਲੱਗ ਪੈਣੀ। ਗੁਰੂ ਪਾਤਸ਼ਾਹ ਕੋਲ ਬਹੁਤ ਸਾਰੇ ਲੋਕ ਐਸੇ ਆਉਂਦੇ ਜਿਹੜੇ ਜਿਹੜੇ ਅਜੇ ਜਵਾਨੀ ਦੇ ਵਿੱਚ ਥੋੜ੍ਹਾ ਸਮਾਂ ਲੰਘਦੇ, ਜਿਹੜੇ 25-30 ਕੁ ਸਾਲ 'ਤੇ ਜਾਂਦੇ ਸੀ, ਜਾਂ ਤਾਂ ਉਹ ਸੰਨਿਆਸ ਲੈ ਲੈਂਦੇ ਸੀ, ਜਾਂ ਘਰ ਬਾਰ ਘਰ ਪਰਿਵਾਰ ਛੱਡ ਕੇ ਨਸ਼ੇੜੀ ਅਮਲੀ ਹੋ ਜਾਂਦੇ ਸਨ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਇੱਕ ਬੜੀ ਵੱਡੀ ਖਾਸੀਅਤ, ਬੜੀ ਵੱਡੀ ਬਖਸ਼ਿਸ਼ ਕੀਤੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ। ਜਿਹੜੇ ਨੌਜਵਾਨ ਜਿਹੜੀ ਜਵਾਨੀ ਜੋਗੀਆਂ ਦੇ ਮਗਰ ਲਾ ਕੇ ਭੰਗ ਪੀਣ ਲੱਗ ਪਈ ਸੀ ਨਾ, ਸਤਿਗੁਰੂ ਨੂੰ ਪਤਾ ਸੀ ਵੀ ਇਹ ਜਵਾਨੀ ਨੇ ਅੱਜ ਭੰਗ ਮੂੰਹ ਨੂੰ ਲਾਈ ਹੈ, ਕੱਲ੍ਹ ਇਹਨਾਂ ਨੇ ਨਸ਼ੇ ਹੋਰ ਵੀ ਮੂੰਹ ਨੂੰ ਲਾਉਣੇ ਨੇ, ਇਸ ਕਰਕੇ ਜਵਾਨੀ ਨੂੰ ਇੱਧਰੋਂ ਹਟਾਇਆ ਜਾਏ। ਔਰ ਇਸ ਜੋਗੀਆਂ ਦੀ ਮਗਰ ਲੱਗ ਰਹੀ ਰੀਤੀ, ਜੋਗੀਆਂ ਦੇ ਮਗਰ ਲੱਗ ਰਹੇ ਜਿਹੜੇ ਲੋਕ ਸਨ, ਹਮੇਸ਼ਾ ਗਲਤ ਰਾਹ ਪੈਂਦੇ। ਗੁਰੂ ਨੂੰ ਪਤਾ ਸੀ ਕਿ ਇਹਨਾਂ ਆਪਣੇ ਸਰੀਰ ਨੂੰ, ਜੀਵਨ ਰੂਪੀ ਕਿਲੇ ਨੂੰ ਖੰਡਰ ਬਣਾ ਲੈਣਾ, ਇੱਥੇ ਬਰਬਾਦੀ ਪੂਰੀ ਕਰ ਲੈਣੀ ਇਹਨਾਂ ਨੇ। ਗੁਰੂ ਅੰਗਦ ਸਾਹਿਬ ਨੇ ਆਪ ਕੁਸ਼ਤੀਆਂ ਸ਼ੁਰੂ ਕਰਾ ਦਿੱਤੀਆਂ ਵੀ ਇੱਧਰ ਆਓ, ਤੁਹਾਡੇ ਕੁਸ਼ਤੀਆਂ ਕਰਾਉਂਦੇ, ਤੁਹਾਡਾ ਧਿਆਨ ਉਸ ਪਾਸੋਂ ਹਟਾ ਦਿੰਦੇ। ਜਿਹੜਾ ਤੁਸੀਂ ਭੰਗ ਪੀ ਕੇ ਗੁਜ਼ਾਰਾ ਕਰਨਾ ਹੈ ਨਾ, ਤੁਸੀਂ ਚੰਗੀ ਖੁਰਾਕ ਖਾ ਕੇ ਜੀਓ। ਤੁਸੀਂ ਜਿੱਥੇ ਭੰਗਾਂ ਪੀ ਪੀ ਜਾਂ ਨਸ਼ੇ ਖਾ ਖਾ ਡਿੱਗੇ ਰਹਿਣਾ ਨਾ, ਤੁਹਾਨੂੰ ਤੁਹਾਡੇ ਪੈਰਾਂ 'ਤੇ ਖਿਲਾਰਨ ਦੀ ਜਾਚ ਸਿਖਾ ਦਈਏ। ਗੁਰਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ, ਜੋਤੀ ਜੋਤ ਰਲੀ ਕਾਇਆ ਗੜ ਸੋਹਿਆ ਰਾਮ, ਕਾਇਆ ਗੜ ਸੋਹਣਾ ਲੱਗਣ ਲੱਗ ਪਿਆ ਬਈ। ਇਹੋ ਜਿਹੀ ਗੁਰੂ ਨੇ ਬਖਸ਼ਿਸ਼ ਕਰ ਦਿੱਤੀ। ਭੁੱਲੇ ਸਿੱਖ ਗੁਰੂ ਸਮਝਾਏ, ਉਜੜ ਜਾਂਦੇ ਮਾਰਗ ਪਾਏ। ਉਜੜੇ ਰਾਹ ਨੂੰ ਜਾਂਦਿਆਂ ਹੋਇਆਂ ਨੂੰ ਗੁਰੂ ਨੇ ਪਛਾਣ ਮੋੜ ਲਿਆ, ਉਹ ਕਿਹੜੇ ਰਾਹ ਜਾਂਦੇ ਜੇ ਉਜਾੜਾ ਕਰਨ ਚੱਲੇ, ਜੇ ਆਪਣਾ ਆਪ ਵੀ, ਆਪਣੇ ਪਰਿਵਾਰ ਦਾ, ਆਪਣੇ ਘਰ ਦਾ। ਗੁਰੂ ਨੂੰ ਸਾਡਾ ਆਪ ਗੁਰੂ ਨੂੰ ਆਪਣੇ ਪਿਆਰੇ ਸਿੱਖ ਦਾ ਉਜਾੜਾ ਹੁੰਦਾ ਵੀ ਚੰਗਾ ਨਹੀਂ ਲੱਗਦਾ। ਗੁਰੂ ਵੀ ਕਹਿੰਦਾ ਕਿ ਇਹਨੂੰ ਮੋੜਾਂ ਮੈਂ, ਇਹਨੂੰ ਇਸ ਰਾਹ ਤੋਂ ਮੋੜ ਕੇ ਇਹਨੂੰ ਵੱਸਦਾ। ਮੈਂ ਤਾਂ ਇਹਨੂੰ ਆਖਿਆ ਸੀ ਵੱਸਦਾ ਰਿਹਾ ਕਰ, ਮੈਂ ਵਸਣ ਵਾਸਤੇ ਇਹਨੂੰ ਪੈਦਾ ਕਰਿਆ, ਮੈਂ ਉਜਾੜਨ ਵਾਸਤੇ ਪੈਦਾ ਹੀ ਨਹੀਂ ਕਰਿਆ ਸੀ। ਸਾਨੂੰ ਪਰਮਾਤਮਾ ਨੇ ਧਰਤੀ 'ਤੇ ਵਸਣ ਵਾਸਤੇ ਭੇਜਿਆ, ਉੱਜੜਨ ਵਾਸਤੇ ਨਹੀਂ ਭੇਜਿਆ। ਉੱਜੜਨ ਦੇ ਰਾਹ ਮਨੁੱਖ ਕਈ ਵਾਰੀ ਆਪ ਪੈਂਦਾ, ਆਪਣੀ ਮਰਜ਼ੀਆਂ ਜੋ ਕਰਦਾ ਹੈ। ਬੜੇ ਲੋਕ ਗੁਰੂ ਸੱਚੇ ਪਾਤਸ਼ਾਹ ਨੇ ਗੁਰੂ ਪਾਰਸ ਤਰ੍ਹਾਂ ਹੈ, ਪਾਰਸ ਪਰਸ ਹੈ ਦੁਬਦਾ ਨਾ ਹੋਈ, ਗੁਰੂ ਪਾਰਸ ਨਾਲ ਜੁੜ ਕਰਕੇ ਮਨ ਦੀ ਦੁਬਦਾ ਕੋਈ ਨਹੀਂ ਰਹਿੰਦੀ। ਦੁਬਦਾ ਹੀ ਹੈ ਜਿਹੜੀ ਬੰਦੇ ਨੂੰ ਇੱਕ ਰੱਬ ਦੇਖਣ ਨਹੀਂ ਦਿੰਦੀ। ਜਿਹੜਾ ਅੱਜ ਦਾ ਮਹੀਨਾ ਹੈ ਨਾ, ਉਹ ਇਹ ਦੁਬਦਾ ਦੀ ਵਿਆਖਿਆ ਕਰਦਾ ਆ। ਭਾਦੋਏ, ਭਾਦੋ ਅਰਥ ਦੋ ਭਾਏ, ਦੋ ਚੰਗੇ ਲੱਗਣੇ, ਇੱਕ ਰੱਬ ਨਹੀਂ ਹੋਰ ਕਈ ਕਈ ਚੰਗੇ ਲੱਗਦੇ ਨੇ। ਜਿਹਨੂੰ ਭਾਦ, ਜਿਹੜਾ ਮਨੁੱਖ ਭਾਦੋਏ ਭਰਮ ਭੁਲਾਣੀਆਂ, ਭਾਦੋਏ ਦੇ ਮਹੀਨੇ ਵਿੱਚ ਜਿਹਨੂੰ ਜਿਹੜਾ ਭਰਮ 'ਚ ਭੁੱਲ ਗਿਆ, ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਦੂਜੇ ਲੱਗਦਾ ਹੇਤ ਇਹੀ ਵੀ ਇੱਕ ਰੱਬ ਛੱਡ ਕੇ ਕਿਸੇ ਹੋਰਾਂ ਹੋਰਾਂ ਦੇ ਨਾਲ ਸਨੇਹ ਲਾ ਲਿਆ, ਕੱਚੇ ਪਿੱਲੇ ਗੁਰੂ ਬੜੇ ਬਣਾ ਲਏ। ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੱਲ ਠਿੱਕ ਠੋਕ ਕੇ ਜਵਾਬ ਦਿੰਦੀ ਹੈ। ਪਾਤਸ਼ਾਹ ਨੇ ਦੱਸਿਆ ਸਾਨੂੰ, ਸਮਝਾਇਆ ਜੇ ਕਿਤੇ ਗੁਰ ਚੇਲੇ ਫੁਨ ਹੋਊਗਾ। ਭਾਈ ਤੁਸੀਂ ਬੰਦਿਆ ਜਿੰਨੇ ਮਰਜ਼ੀ ਗੁਰੂ ਬਣਾ ਲਾ ਅਤੇ ਜਿੰਨਿਆਂ ਦੇ ਮਰਜ਼ੀ ਚੇਲੇ ਬਣ ਜਾ। ਕਿਤੇ ਗੁਰ ਚੇਲੇ ਫੁਨ ਹੋਊਗਾ,
ਕਾਚੇ ਗੁਰ ਤੇ ਮੁਕਤ ਨਾ ਹੋਊਗਾ। ਕੱਚੇ ਗੁਰੂ ਤੋਂ ਮੁਕਤ ਨਹੀਂ ਹੋ ਸਕਦਾ, ਕੱਚਿਆਂ ਗੁਰੂਆਂ ਨੇ ਤੈਨੂੰ ਲੁੱਟ ਕੇ ਖਾ ਜਾਣਾ। ਇਹ ਸ਼ਬਦ ਜਿਹੜਾ ਆਪਾਂ ਵਿਚਾਰ ਰਹੇ ਨਾ, ਇਹ ਸ਼੍ਰੋਮਣੀ ਭਗਤ ਮਹਾਂਪੁਰਸ਼ ਪਿਆਰੇ ਭਗਤ ਰਵਿਦਾਸ ਜੀ ਦਾ, ਉਹ ਕਿਹੜੇ ਪਿਆਰੇ ਬੋਲ ਲਿਖਦੇ ਨੇ। ਕਹਿੰਦੇ ਪਾਰਸ ਪਰਸਿਆਂ ਦੁਬਧਾ ਨਾ ਹੋਈ। ਤੇ ਇੱਕ ਗੱਲ ਹੋਰ ਸੁਣਿਓ, ਇੱਕ ਸ਼ਬਦ ਉਹਨਾਂ ਦਾ ਬੜਾ ਪਿਆਰਾ, ਕਹਿੰਦੇ ਮੈਂ ਮਾਲਕ ਜੀ ਬਹੁਤ ਦੁਨੀਆਂ ਦੇ ਲੋਕ ਵੇਖੇ ਨੇ, ਸਤ ਯੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ। ਲੋਕ ਕਹਿੰਦੇ ਸੀ ਸਤ ਯੁਗ ਸਤ, ਵੀ ਸਤ ਯੁਗ ਅੰਦਰ ਬੜਾ ਸੱਚ ਸੀਗਾ, ਸਤ ਯੁਗ ਸਤ ਤੇਤਾ ਜਗੀ, ਤ੍ਰੇਤੇ ਅੰਦਰ ਜੱਗ ਬੜੇ ਹੁੰਦੇ ਸੀ, ਦੁਆਪਰ ਪੂਜਾ ਚਾਰ, ਦੁਆਪਰ ਚ ਲੋਕ ਪੂਜਾ ਚਾਰ ਬੜਾ ਕਰਦੇ ਸੀ। ਤੀਨੋ ਯੁਗ ਤੀਨੋ ਦੜੈ ਕਲ ਕੇਵਲ ਨਾਮ ਅਧਾਰ। ਤੇ ਤਿੰਨੇ ਯੁਗ ਜਿਹੜੇ ਵੇਖੇ ਨੇ, ਵੀ ਕਲ ਕਲ ਮੈਨੇ ਕਲ ਯੁਗ ਵਿੱਚ ਕਲ ਕੇਵਲ ਨਾਮ ਅਧਾਰ, ਕਲ ਯੁਗ ਅੰਦਰ ਕੇਵਲ ਰੱਬ ਦੇ ਨਾਮ ਦਾ ਆਸਰਾ ਲੈਣਾ ਚਾਹੀਦਾ। ਕੋਈ ਕਲ ਯੁਗ ਰੱਥ ਅਗਨ ਕਾ ਕੂੜ ਅਗੈ ਰਥ ਵਾਹੋ, ਕਲ ਯੁਗ ਦੇ ਅੰਦਰ ਤੇ ਅੱਗ ਬੜੀ ਹੈ, ਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ। ਭਗਤ ਰਵਿਦਾਸ ਜੀ ਕਹਿੰਦੇ ਤੀਨੋ ਪਾਰ ਕੈਸੇ ਪਾਏ ਬੋਰੇ, ਜਾ ਤੇ ਆਵਾ ਗਮਨ ਬਿਲਾਏ, ਮੋਹ ਕੋ ਕੋ ਨਾ ਕਹਿ ਸਮਝਾਏ। ਮੈਨੂੰ ਦੱਸੋ ਵੀ ਦੁਨੀਆਂ ਦੇ ਲੋਕੋ, ਇਸ ਸੰਸਾਰ ਸਾਗਰ ਤੋਂ ਪਾਰ ਕਿਵੇਂ ਲੰਘੀਦਾ? ਜੋ ਤੁਸੀਂ ਸਾਨੂੰ ਸਿਖਾ ਰਹੇ ਹੋ ਪੰਡਿਤ ਜੀ, ਆਪਾਂ ਨਹੀਂ ਸਿੱਖ ਸਕਦੇ। ਕੀ ਤੁਸੀਂ ਸਿਖਾਉਂਦੇ ਸੀ? ਤੁਸੀਂ ਸਾਨੂੰ ਕਹਿੰਦੇ ਸੀ ਵੀ ਸਾਡੀ ਗੱਲ ਮੰਨੋ, ਤੁਹਾਨੂੰ ਅਸ ਤੁਹਾਨੂੰ ਰੱਬ ਸਵਰਗ ਦੇਵੇਗਾ। ਉਹ ਕਹਿੰਦੇ ਬਹੁ ਬਜ ਧਰਮ ਨਿਰੂਪੀ ਹੈ, ਕਰਤਾ ਦੀਸੈ ਸਭ ਲੋਏ। ਬੜੇ ਲੋਕਾਂ ਨੂੰ ਧਰਮ ਦੇ ਕਰਮ ਕਰਦੇ ਵੇਖਿਆ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਬਹੁ ਵਿਧ ਧਰਮ ਨਿਰੂਪੀ ਹੈ, ਕਰਤਾ ਦੀਸੈ ਸਭ ਲੋਏ, ਕਵਣ ਕਰਮ ਤੇ ਛੁੱਟੀ ਹੈ, ਜੇ ਸਾਦੇ ਸਭ ਸਿੱਧ ਹੋਏ। ਕਿਹੜਾ ਕਰਮ ਕਰੀ ਜਿਹਦੇ ਕਰਕੇ ਬੰਧਨਾਂ 'ਚ ਛੁੱਟ ਜਾਈਏ, ਅਸੀਂ ਭੈੜੀਆਂ ਆਤਾਂ 'ਚੋਂ ਨਿਕਲ ਜਾਏ? ਅਤੇ ਗੁਰੂ ਪਾਤਸ਼ਾਹ ਨੇ ਸਾਨੂੰ ਦੱਸਿਆ, ਪਾਰਸ ਪਰਸੈਂ ਦੁਬਧਾ ਨਾ ਹੋਈ। ਗੁਰੂ ਪਾਰਸ ਨੂੰ ਮਿਲ ਕਰਕੇ ਦੁਬਧਾ ਮੁੱਕ ਜਾਂਦੀਆਂ ਨੇ ਭਲੇ ਲੋਕ। ਗੁਰੂਆਂ ਗੁਰੂ ਸਾਹਿਬ ਦੇ ਜੀਵਨ ਨਾਲ ਸਿੱਖਿਆ ਲਵਾਂਗੇ ਨਾ, ਜਦੋਂ ਐਡਾ ਪਿਆਰਾ ਜੀਵਨ ਬਣ ਜਾਂਦਾ ਵੀ ਕਿਸੇ ਵਰਗਾ। ਦੁਨੀਆਂ ਮਿਸਾਲ ਦਿੰਦੀ, ਦੁਨੀਆਂ ਕਹਿੰਦੀ ਜੀਵਨ ਹੋਵੇ ਤੇ ਇਹੋ ਜਿਹਾ ਹੋਵੇ। ਸਿੱਖਾਂ ਨੇ ਪੁੱਛਣਾ ਪੰਜਵੇਂ ਪਾਤਸ਼ਾਹ ਜੀ, ਸਿੱਖ ਕੋਈ ਇਹੋ ਜਿਹਾ ਹੈ ਨਾ ਤੁਹਾਡੇ ਭਾਣੇ 'ਚ ਰਹਿਣ ਵਾਲਾ ਹੋਵੇ, ਸਿੱਖ ਇਹੋ ਜਿਹਾ ਸੇਵਾ ਵਾਲਾ ਹੋਵੇ? ਅਤੇ ਗੁਰੂ ਸਾਹਿਬ ਮਿਸਾਲ ਦਿੰਦੇ ਸੀਗੇ ਵੀ ਆਹ ਫਲਾਣੀ ਜਗ੍ਹਾ 'ਤੇ ਫਲਾਣਾ ਸਿੱਖ ਆ, ਇਸ ਜਗ੍ਹਾ 'ਤੇ ਆਹ ਸਿੱਖ ਆ, ਇਸ ਜਗ੍ਹਾ 'ਤੇ ਆਹ ਸਿੱਖ ਸੇਵਾ ਨਿਭਾ ਰਿਹਾ ਹੈ। ਇਵੇਂ ਕਰਕੇ ਗੁਰੂ ਸਾਹਿਬ ਮਿਸਾਲਾਂ ਦਿੰਦੇ ਸੀ, ਕਿਉਂਕਿ ਉਹਨੇ ਸਿੱਖਾਂ ਨੇ ਮਿਸਾਲਾਂ ਕਾਇਮ ਕੀਤੀਆਂ ਸੀ ਜ਼ਿੰਦਗੀ ਵਿੱਚ, ਕਰਮ ਇਹੋ ਜਿਹੇ ਸਨ। ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਪਾਰਸ ਮਾਨੋ ਤਾਂਬੋ ਸੋਏ, ਰੱਬ ਪ੍ਰਗਾਸ ਅਜਨੀ ਯਥਾਗਤ ਜਾਣਤ ਸਭ ਸੰਸਾਰ। ਕਹਿੰਦੇ ਮੰਨ ਲਿਆ ਪੰਡਿਤ ਜੀ ਮੈਂ ਗੱਲ, ਮੈਂ ਮੰਨਿਆ ਕਿ ਜਦੋਂ ਸੂਰ ਚੜ੍ਹਦਾ ਹੈ ਨਾ, ਤੇ ਰੱਬ ਪ੍ਰਗਾਸ ਰਜਨੀ ਹਨੇਰਾ, ਰਜਨੀ ਯਥਾਗਤ ਜਾਣਤ ਸਭ ਸੰਸਾਰ। ਸੂਰ ਚੜ੍ਹਦਾ ਹੈ ਤੇ ਹਨੇਰਾ ਦੂਰ ਹੁੰਦਾ, ਇਹ ਗੱਲ ਸਾਰਾ ਸੰਸਾਰ ਜਾਣਦਾ। ਇੱਦਾਂ ਹੀ ਕਹਿੰਦੇ ਭਾਰ ਸਮਾਨੋ ਤਾਂਬੋ ਛੂਏ, ਕਣਕ ਹੋਤ ਨਹੀਂ ਬਾਰ। ਜੇ ਤਾਂਬਾ ਸੋਨੇ ਨਾਲ ਪਾਰਸ ਨਾਲ ਛੂ ਜਾਏ ਤੇ ਇਹ ਸੋਨਾ ਬਣ ਲੱਗਾ ਦੇਰ ਨਹੀਂ ਲਾਉਂਦਾ। ਗੁਰੂ ਨਾਲ ਜੁੜ ਜਾਏ ਨਾ ਜਗਤ ਆ ਸਰੀਰ, ਤਾਂਬਾ ਜਿਹੜਾ ਗੁਰੂ ਨਾਲ ਜੁੜ ਜਾਏ
ਇਹਨੂੰ ਗੁਰੂ ਨੇ ਸੋਨਾ ਬਣਾ ਦੇਣਾ ਸੋਨਾ। ਬੜੇ ਬੜੇ ਚੋਰ ਉਚੱਕੇ ਲੋਕ ਸੀ ਜਿਹਨਾਂ ਦਾ ਕੰਮ ਹੀ ਬਸ ਚੋਰੀ ਕਰਨਾ ਸੀਗਾ। ਗੁਰੂ ਨਾਲ ਜੁੜ ਗਏ, ਬਿਧੀ ਚੰਦ ਵਰਗੇ ਗੁਰੂ ਸਾਹਿਬ ਨੇ ਮਸਾਲਾਂ ਕਾਇਮ ਕਰਵਾ ਦਿੱਤੀਆਂ ਉਹਦਿਆਂ ਕੋਲੋਂ, ਏਦਾਂ ਦੇ ਸੋਨੇ ਬਣਾ ਕੇ ਹੀਰੇ ਕਾਇਮ ਕਰਦੇ ਮੇਰੇ ਪਾਤਸ਼ਾਹ ਨੇ। ਅੱਜ ਵੀ ਬਾਣੀ ਸਿਖਾਉਂਦੀ ਜੇ ਇਹ ਚੀਜ਼ਾਂ ਵੀ ਦੁਨੀਆਂ 'ਚ ਲੋਕ ਗੁਰੂ ਨਾਲ ਜੁੜ ਕੇ, ਗੁਰੂ ਨਾਲ ਜੁੜ ਕੇ ਸਰੀਰ ਸੋਨੇ ਵਰਗਾ ਗੁਰੂ ਕਰ ਦਿੰਦਾ ਜੇ, ਬਣਾ ਦਿੰਦਾ ਜੇ ਸੋਨੇ ਵਰਗਾ ਕੀਮਤੀ। ਹੁਣ ਜਿਹੜਾ ਦੇਖੋ, ਇੱਕ ਬੇਨਤੀ ਸੁਣੋ, ਬੰਦਾ ਨਸ਼ਾ ਕਰੀ ਜਾਏ ਨਾ, ਗਲਤ ਜ਼ਿੰਦਗੀ ਦੇ ਵਿੱਚ ਆਦਤਾਂ ਅਪਣਾ ਲਏ, ਸਰੀਰ ਡੈੱਡ ਹੋ ਗਿਆ, ਬਾਡੀ ਪਾਰਟ ਡੈੱਡ ਹੋ ਗਏ ਨਾ, ਪੋਸਟਮਾਰਟਮ ਵਾਲੇ ਵੀ ਕਹਿੰਦੇ ਵੀ ਇਹਦਾ ਕੀ ਕੱਢਣਾ ਆਪਾਂ, ਹੈ ਤਾਂ ਕੱਖ ਨਹੀਂ ਵਿੱਚ, ਜੇ ਕੱਢ ਵੀ ਲਵਾਂਗੇ ਤਾਂ ਕਿਸੇ ਹੋਰ 'ਚ ਪਾਵਾਂਗੇ ਬਿਮਾਰੀ, ਦੂਜੇ ਨੂੰ ਮਿਲਾਂਗੇ ਕਿ ਸਾਰਾ ਤਾਂ ਕੁਛ ਗਲਿਆ ਪਿਆ ਵਿੱਚੋਂ, ਕੀ ਇਹਦੇ ਕੰਮ ਆਉਣਾ। ਅਤੇ ਜੇ ਬੰਦਾ ਤੰਦਰੁਸਤ ਹੋਵੇ, ਰੱਬ ਦੀ ਦਿੱਤੀ ਸੋਹਣੀ ਜ਼ਿੰਦਗੀ ਜ਼ਿੰਦਗੀ ਹੰਢਾ ਕੇ ਗਿਆ ਹੋਵੇ ਨਾ, ਉਹ ਸੰਸਾਰ ਤੋਂ ਜਾਂਦਾ ਜਾਂਦਾ ਜੀ ਚੰਗੇ ਪੁੰਨ ਕਰ ਜਾਂਦਾ ਜਾ। ਗੱਲ ਤਾਂ ਇਹ ਹੈ ਵੀ ਸਰੀਰ ਸੋਨੇ ਵਰਗਾ ਸੀਗਾ, ਨਰੋਆ ਸਰੀਰ, ਗੰਦਿਆਂ ਰਾਹਾਂ 'ਤੇ ਤੋਰ ਕੇ ਜੀਵਨ ਨਹੀਂ ਗਾਲ ਲਿਆ। ਬੜੇ ਬੜੇ ਲੋਕ ਜੀਵਨ ਗਾਲ ਚੁੱਕੇ ਸੀਗੇ, ਮੁਰਾਰੀ ਵਰਗੇ ਗਾਲਦੇ ਪਏ ਸੀਗੇ, ਇੱਥੋਂ ਤੱਕ ਵੀ ਮਲੂਕੇ ਵਰਗੇ, ਚੰਦੂ ਮਲੂਕੇ ਵਰਗੇ ਜਿਹੜੇ ਚੌਧਰੀ ਖਵਾਉਂਦੇ ਸੀ ਗੁਰੂ ਅੰਗਦ ਸਾਹਿਬ ਦੇ ਵੇਲੇ, ਜਵਾਹਰ ਮਾਲ ਉਹਦਾ ਨਾਂ ਸੀ ਪਰ ਉਹਨੂੰ ਮਲੂਕਾ ਚੌਧਰੀ ਕਰਕੇ ਕਹਿੰਦੇ ਸੀਗੇ, ਨਸ਼ੇ ਦਾ ਐਡਾ ਆਦੀ ਸੀਗਾ, ਨਸ਼ੇ ਤੋਂ ਬਿਨਾਂ ਉਹਦਾ ਦਿਨ ਨਹੀਂ ਚੜ੍ਹਦਾ ਹੁੰਦਾ। ਦੇਖੋ ਤੁਸੀਂ ਅੰਦਾਜ਼ਾ ਵੀ ਲਾਉਣਾ ਇਸ ਗੱਲ ਦਾ, ਜਿਹੜਾ ਬੰਦਾ ਤੜਕੇ ਉੱਠਦਾ ਸੀ, ਲੋਕ ਅਤੇ ਆਸ ਪਾਸ ਦੇ ਲੋਕ ਉੱਠਦੇ ਸੀ ਨਾ, ਖਡੂਰ ਸਾਹਿਬ ਦੇ ਵਾਸੀ ਉੱਠਦੇ ਸੀ ਸਵੇਰੇ, ਅਤੇ ਗੁਰੂ ਅੰਗਦ ਦੇਵ ਸਾਡੇ ਦਰਸ਼ਨ ਕਰਨ ਜਾਂਦੇ ਹੁੰਦੇ ਸੀਗੇ, ਉਹਨੇ ਉੱਠਣਾ, ਉਹਨੇ ਸ਼ਰਾਬ ਨੂੰ ਮੱਥਾ ਟੇਕਣਾ ਪਹਿਲਾਂ, ਸਭ ਤੋਂ ਪਹਿਲਾਂ, ਅਤੇ ਗੁਰੂ ਨੂੰ ਗਾਲ ਕੱਢਣੀ ਸ਼ਰਾਬ ਪੀ ਕੇ। ਅੰਦਾਜ਼ਾ ਲਾਓ ਵੀ ਇਹੋ ਜਿਹੇ ਬੰਦੇ ਵੀ ਗੁਰੂ ਅੰਗਦ ਦੇਵ ਸਾਹਿਬ ਨੇ ਹੀਰੇ ਬਣਾ ਕੇ ਰੱਖਤੇ। ਗੁਰੂ ਅੰਗਦ ਦੇਵ ਸਾਹਿਬ ਨਮਸਕਾਰਾਂ ਕਰਦੇ ਸੀ ਗੁਰੂ ਅੰਗਦ ਸਾਹਿਬ ਨੂੰ ਆ ਕੇ ਮੁੜ ਕੇ, ਜਦੋਂ ਗੁਰੂ ਸਾਹਿਬ ਨੇ ਸ਼ਰਾਬ ਛਡਾਤੀ, ਮਿਰਗੀਆਂ ਹਟਾ ਦਿੱਤੀਆਂ ਨਾ ਲੋਕਾਂ ਦੀਆਂ, ਪਰ ਸੰਗਤ ਫਿਰ ਮਾੜੀ ਮਿਲ ਗਈ ਨਾ। ਕਹਿਣ ਤੋਂ ਭਾਵ ਹੈ ਕਿ ਜਦੋਂ ਗੁਰੂ ਨਾਲ ਜੁੜਦਾ ਹੈ ਨਾ, ਗੁਰੂ ਇਸ ਜ਼ਿੰਦਗੀ ਦੀ ਕੀਮਤ ਦੱਸਦਾ ਹੈ ਵੀ ਕੀਮਤ ਕੀ ਹੈ, ਤੂੰ ਕੀ ਬਣਾਈ ਬੈਠਾ ਆ। ਗੁਰੂ ਸਾਹਿਬ ਕਹਿੰਦੇ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਤੂੰ ਗਵਾਉਣਾ ਕੌਡੀ ਬਦਲੇ, ਤੂੰ ਇਹਨੂੰ ਕੀਮਤ ਨਹੀਂ ਜਾਣਦਾ ਕਿਉਂਕਿ ਤੂੰ ਦੁਬਦੁੱਜ ਪੈ ਗਿਆ। ਭਾਦੇ ਭਰਮ ਭੁਲਾਣੀਆਂ ਦੂਜੇ ਲੱਗਾ, ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਈ ਕੀਤ, ਜਿਤ ਦਿਨ ਦੇਹ ਬਿਣ ਸੀ। ਲੱਖਾਂ ਕੀਤੇ ਸ਼ਿੰਗਾਰ ਵੀ ਪਾਉਂਦੇ ਨਹੀਂ। ਹੁਣ ਮੰਨ ਲਓ ਔਰਤ ਸ਼ਿੰਗਾਰ ਕਰੇ, ਉਹਦੇ ਪਤੀ ਨੂੰ ਨਾ ਚੰਗੀ ਲੱਗੇ, ਤੇ ਫਿਰ ਉਹਦੇ ਸ਼ਿੰਗਾਰ ਕੀਤੇ ਕੀ ਕਰਨਾ। ਜਦੋਂ ਗੁਰੂ ਪਾਤਸ਼ਾਹ ਕਹਿੰਦੇ ਨੇ ਬੰਦਿਆ ਤੇਰਾ ਮਨ ਹੀ ਬੜਾ ਖੋਟਾ ਆ, ਮਨ ਤੇਰਾ ਅੰਦਰ ਚੋਰ ਬੈਠਾ ਪਿਆ, ਬਾਹਰੋਂ ਧਰਮ ਦੇ ਸ਼ਿੰਗਾਰ ਕਰੀਏ, ਧਰਮ ਦੇ ਕਰਮ ਕਰਕੇ ਅੰਨਾ ਮੈਂ ਬੜਾ ਧਰਮੀ ਆ, ਇਹ ਧਰਮ ਦੇ ਸ਼ਿੰਗਾਰ ਨੇ, ਵਿਖਾਵੀਆਂ ਰੀਤਾਂ। ਮਲ ਕਹਿੰਦੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਇਹ ਕਿਹੇ ਕੰਮ ਨਹੀਂ ਆ, ਬਾਹਰੋਂ ਵਿਖਾਵੇ ਵਾਲੇ ਕੀਤੇ ਹੋਏ ਕੰਮ ਵਾਲਾ ਸ਼ਿੰਗਾਰ। ਸਤਿਗੁਰ ਤਾਂ ਕਹਿੰਦੇ ਨੇ ਕਾਰਜ ਨਾਹੀਂ ਕੇਤ, ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕੈਸਣ ਪ੍ਰੇਤ। ਜਿਹਦੇ ਦਾ ਸਰੀਰ ਨਾਸ਼ ਹੁੰਦਾ ਨਾ, ਭਾਵੇਂ ਸਾਰੇ ਉਸ ਤੋਂ ਪਹਿਲਾਂ ਸਾਰੇ, ਕਿਸੇ ਦਾ ਮਾਂ ਕਿਸੇ ਦਾ ਪਿਓ ਲੱਗਦਾ ਆ, ਕਿਸੇ ਦਾ ਕੁਛ ਲੱਗਦਾ ਪਿਆ, ਸਾਰੇ ਰਿਸ਼ਤੇਦਾਰੀ ਕੱਢਦੇ ਨੇ, ਪਰ ਗੁਰੂ ਸਾਹਿਬ ਕਹਿੰਦੇ ਨੇ ਜਿਤ ਦਿਨ ਦੇਹ ਬਿਨਸ ਸੀ
ਸਾਰੀਆਂ ਰਿਸ਼ਤੇਦਾਰੀਆਂ ਭੁੱਲ ਗਈਆਂ ਤੇ ਕੀ ਕਹਿੰਦੇ ਨੇ, ਤਿਤ ਵੇਲੇ ਕਹਿਸਣ ਪ੍ਰੇਤ। ਪ੍ਰੇਤ ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਇਹ ਦੁਬਧਾ ਸਾਡੇ ਵਿੱਚੋਂ ਮੁੱਕ ਜਾਏ ਵੀ ਪਰਮਾਤਮਾ ਸਾਡੇ ਅੰਗ ਸੰਗ ਹੈ, ਤੇ ਜੇ ਵਾਹਿਗੁਰੂ ਪਰਮੇਸ਼ਰ ਨਾਲ ਚਿੱਤ ਜੁੜ ਜਾਏ ਨਾ ਗੁਰੂ ਅੰਗ ਸੰਗ, ਤੇ ਫਿਰ ਪਾਰਸ ਪਰਸੈ ਦੁਬਧਾ ਨਾ ਹੋਈ। ਗੁਰੂ ਪਾਰਸ ਨਾਲ ਜੁੜ ਕੇ ਦੁਬਧਾ ਮੁੱਕ ਜਾਂਦੀਆਂ ਨੇ। ਬੜੇ ਤਰ੍ਹਾਂ ਦੁਬਧਾ ਕਿਤੇ ਇੱਕ ਸਾਡੀ ਕੌਮ ਵਿੱਚ ਬੜੀਆਂ ਨੇ। ਕੋਈ ਕਹਿੰਦਾ ਵੀ ਕੋਈ ਮਾਸ ਦੀ ਗੱਲ ਕਰਦਾ, ਕੋਈ ਦਸ ਗ੍ਰੰਥ ਦੀ ਗੱਲ ਕਰਦਾ, ਕੋਈ ਪੰਜਾਂ ਬਾਣੀਆਂ ਦੀ ਗੱਲ ਕਰਦਾ, ਕੋਈ ਨਿਤਨੇਮ ਦੀ ਗੱਲ ਕਰਦਾ, ਕੋਈ ਅਰਦਾਸਾਂ ਦੀ ਵੀ, ਕੋਈ ਰਹਿ ਰਾਸ ਦੀ, ਪਤਾ ਨਹੀਂ ਕਿੰਨੀਆਂ ਕਿੰਨੀਆਂ ਗੱਲਾਂ ਤੇ ਕਿੰਨੇ ਕੁ ਮਸਲੇ ਉਠਾਈ ਬੈਠੇ ਆ। ਪਰ ਕਾਰਨ ਵੇਖੋ ਤੁਸੀਂ ਵੀ ਇਹ ਕੌਮ ਜਿਹੜੀ ਕਦੇ ਫੈਸਲਾ ਲੈਣ ਲੱਗਿਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਝੰਡੇ ਹੇਠ ਇਕੱਤਰ ਹੋ ਕੇ ਫੈਸਲਾ ਮੁਕਾ ਲਿਆ ਕਰਦੀ ਸੀ ਕਦੇ, ਪਰ ਅੱਜ ਇਸ ਨੂੰ ਇਕੱਤਰ ਨਹੀਂ ਹੋਣ ਦਿੱਤਾ ਜਾਂਦਾ, ਕਿਉਂਕਿ ਦੁਬਧਾ ਨਾਲ ਅਗਲਾ ਫਾਇਦਾ ਲੈ ਰਿਹਾ। ਬੜੇ ਬੜੇ ਦੇਖੋ ਸਾਡੀ ਕੌਮ ਦੁਬਧਾ ਚ ਰੁੱਝੀ ਹੋਈ, ਸਾਡੀ ਕੌਮ ਨੂੰ ਤੇ ਅਜੇ ਸੋਸ਼ਲ ਮੀਡੀਆ ਚ ਹੋਸ਼ ਨਹੀਂ ਆਈ। ਉੱਥੇ ਲੜਾਈ ਲੈਣ ਨੇ ਜੰਗ ਪੂਰੀ ਲੈਂਦੇ ਪਏ ਆ, ਅਗਲਿਆਂ ਨੇ ਸੀਮਿੰਟ ਬਣਾਉਣ ਵਾਲੀਆਂ ਕੰਪਨੀਆਂ ਨੇ ਗੁਟਕੇ ਸਾਹਿਬ ਤਿਆਰ ਕਰਦੇ, ਬੜਾ ਕੁਛ ਅਗਲੇ ਨੇ ਅਰਦਾਸਾਂ ਤਿਆਰ ਕਰਤੀਆਂ ਉਹੋ ਜਿਹੀਆਂ ਜਿੱਥੇ ਪਾਤਸ਼ਾਹੀ ਬਾਹਰ ਨਹੀਂ ਪਾਤਾ ਅਗਲਿਆਂ ਨੇ, ਅਸੀਂ ਆਪਣੀ ਹੋਸ਼ ਨਹੀਂ ਪਾਸ ਬਾਹਰ ਆ ਰਹੇ, ਕਦੋਂ ਕੁਛ ਹੋਣਾ। ਅਗਲੇ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਗਊਸ਼ਾਲਾ ਬਣਾ ਦਿੱਤੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹੜੀ ਗਊਸ਼ਾਲਾ ਖੋਲੀ ਸੀ ਭਾਈ, ਦੇਖੋ ਕਿਹੋ ਜਿਹੀਆਂ ਕਿਹੋ ਕਿਹੋ ਕੰਮ ਚਲਾਦੇ ਪਏ ਕਿਹੋ ਤਰੀਕੇ ਦੇ ਨਾਲ। ਪਰ ਸੱਚ ਸੱਚ ਕਰਕੇ ਹੈ ਵੀ ਪਾਰਸ ਪਰਸਿਆਂ ਦੁਬਧਾ ਨਾ ਹੋਈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਲੋਕ ਪਾਰਸ ਕਹਿੰਦੇ ਹੁੰਦੇ ਸੀ, ਕਿਉਂ ਪਾਰਸ ਕਹਿੰਦੇ ਸੀਗੇ, ਉਹਦਾ ਜੀਵਨ ਖਰਾ ਸੀ ਬੰਦੇ ਦਾ, ਭਾਵ ਕਹਿਣ ਤੋਂ ਖਰਾ ਇਹ ਨਹੀਂ ਕਿ ਮੈਂ ਉਹਨੂੰ ਕਹਾਂਗਾ ਵੀ ਉਹ 'ਚ ਐਬ ਨਹੀਂ ਸੀ, ਖਰਾ ਕਹਿੰਦਾ ਕਿ ਉਹ ਇਨਸਾਫ਼ ਦਿੰਦਾ ਸੀ, ਜੋ ਗੱਲ ਕਹਿ ਜਿਹਨੇ ਕਿਸੇ ਨੇ ਫਰਿਆਦ ਕਰਨੀ ਉਹਦੀ ਸੁਣਦਾ ਸੀ, ਉਹਦੇ ਹੱਕ 'ਚ ਖੜਦਾ ਸੀ, ਜੇ ਸਹੀ ਸੀ ਤਾਂ ਸਹੀ ਦੇ ਹੱਕ 'ਚ ਖੜਨਾ, ਜੇ ਗਲਤ ਤਾਂ ਸਜ਼ਾ ਦੇਣੀ ਕੰਮ ਸੀਗਾ ਉਹਦਾ। ਮਾਂ ਇੱਕ ਬਜ਼ੁਰਗ ਮਾਈ ਆਉਂਦੀ ਭੁੱਖੀ ਪਿਆਸੀ ਹੈ, ਪਤਾ ਲੱਗਦਾ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲੰਘਦਾ ਘੋੜੇ ਤੋਂ, ਉਹਦੇ ਘੋੜੇ ਮੂਹਰੇ ਖੜਦੀ ਤਵਾ ਲੈ ਕੇ, ਵਿਚਾਰੀ ਕੋਲ ਕੁਛ ਹੁੰਦਾ ਤੇ ਹੈ ਨੀ ਘਰ 'ਚ, ਇੱਕ ਰੋਟੀ ਪਕਾਉਣਾ ਤਵਾ ਹੀ ਹੁੰਦਾ ਆ, ਤੇ ਸ਼ੇਰੇ ਪੰਜਾਬ ਦੇ ਕੱਪੜੇ ਨੂੰ ਘਸਾ ਦਿੰਦੀ ਹੈ ਤਵਾ ਸਾਰਾ ਹੀ, ਤਵਾ ਘਸਾ ਤਾ ਇਹੋ ਜਿਹੀ ਕਾ ਕੀ ਕਰਦੀ ਹੈ ਮਾਂ, ਤੂੰ ਕੀ ਕਰਦੀ, ਉਹਨੇ ਇਹ ਨੀ ਆਖਿਆ ਮਾਂ ਮੇਰੇ ਚਿੱਟੇ ਵਸਤਰ ਸਾਰੇ ਤੂੰ ਕਾਲੇ ਕਰ ਛੱਡੇ ਤਵਾ ਮਲ ਕੇ, ਉਹ ਗੁੱਸੇ 'ਚ ਨਹੀਂ ਆਇਆ, ਉਹ ਤੈਸ਼ ਵਿੱਚ ਨਹੀਂ ਆਇਆ, ਉਹ ਘੋੜਿਓ ਉਤਰਿਆ ਹੇਠਾਂ, ਮਾਂ ਨੂੰ ਮੋਢਿਓਂ ਫੜਿਆ। ਬਜ਼ੁਰਗ ਮਾਈ ਪੁੱਛਦਾ ਕੀ ਕਰਦੀ ਪਈ ਆ, ਆਹ ਮੇਰੇ ਸਾਰੇ ਚਿੱਟੇ ਬਸਤਰ ਤੇ ਕਾਲਾ ਤਵਾ ਘਸਾ ਤਾ ਹੀ, ਕੀ ਕੀਤਾ ਜੀ। ਕਹਿੰਦੀ ਸ਼ੇਰੇ ਪੰਜਾਬ ਮੈਂ ਸੁਣਿਆ ਤੂੰ ਪਾਰਸ ਆ, ਮੈਂ ਸੁਣਿਆ ਤੈਨੂੰ ਲੋਕ ਪਾਰਸ ਕਹਿੰਦੇ ਨੇ ਪਾਰਸ, ਤੇ ਇਹ ਵੀ ਗੱਲ ਮੈਂ ਸੁਣੀ ਆ ਵੀ ਪਾਰਸ ਨਾਲ ਲੋਹਾ ਛੂ ਜਾਏ ਤੇ ਸੋਨਾ ਬਣ ਜਾਂਦਾ, ਤੇ ਤੈਨੂੰ ਲੋਕ ਪਾਰਸ ਕਹਿੰਦੇ, ਮੇਰੇ ਕੋਲ ਹੋਰ ਲੋਹਾ ਕੋਈ ਹੈ ਨਹੀਂ, ਤਵਾ ਹੀ ਘਰੇ ਪਿਆ, ਮੈਂ ਤੇਰੇ ਨਾਲ ਤਵਾ ਮਲਦ ਘਸਾ ਤਾ ਸੋਨਾ ਬਣ ਜਾਏ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਮਾਂ ਮੈਂ ਉਹ ਪਾਰਸ ਨਹੀਂ ਜਿਹੜਾ ਤੂੰ ਕਹਿੰਦੀ, ਪਰ ਜੇ ਤੂੰ ਮੈਨੂੰ ਆਖਦੀ ਪਈ ਆ ਵੀ ਸ਼ੇਰੇ ਪੰਜਾਬ ਪਾਰਸ ਹੈ, ਮੈਂ ਉਹ ਜਾਦੂਗਰ ਨਹੀਂ ਜਿਹੜਾ ਸੋਨਾ ਬਣਾਉਂਦਾ ਹੋਵਾਂ, ਮੈਂ ਤੇ ਉਹ ਪਾਰਸ ਹਾਂ ਜਿਹੜਾ ਕੋਈ ਫਰਿਆਦੀ ਦੁੱਖੜਾ ਰੋਂਦਾ ਹੈ ਨਾ, ਮੈਂ ਉਹਦੇ ਘਰ ਜਾ ਕੇ ਸੁਣਦਾ ਹਾਂ, ਤੂੰ ਦੱਸ ਤੈਨੂੰ ਕੀ ਦਿੱਕਤ ਆ। ਉਹਨੇ ਆਖਿਆ ਵੀ ਸੱਚ ਦੱਸਾਂ ਸ਼ੇਰੇ ਪੰਜਾਬ,
ਰੋਟੀ ਤੋਂ ਤੰਗ ਆ, ਮੈਨੂੰ ਕੁਛ ਚੀਜ਼ ਦੀ ਲੋੜ ਨਹੀਂ। ਧੀ ਪੁੱਤਰ ਛੱਡ ਕੇ ਚਲੇ ਗਏ ਨੇ, ਨੌ ਪੁੱਤ ਦੂਰ ਹੋ ਗਏ ਨੇ, ਘਰ ਚ ਰਹਿੰਦੀਆਂ ਇਕੱਲੀ, ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਰੋਟੀ ਤੋਂ ਔਖੀ ਆ। ਕਿੱਡਾ ਪਿਆਰਾ ਸੀ ਉਹ ਯੋਧਾ, ਉਸ ਬਜ਼ੁਰਗ ਮਾਂ ਦੀ ਸਾਰੀ ਜ਼ਿੰਮੇਵਾਰੀ ਰਾਜਭਾਗ ਦੀ, ਰਾਜਭਾਗ ਨੇ ਸਾਂਭ ਲਈ। ਜਿੰਨਾ ਚਿਰ ਮਾਂ ਦੇ ਸਵਾਸ ਹੈ, ਇਹਨੂੰ ਰੋਟੀ ਪਾਣੀ ਦਾ ਪ੍ਰਬੰਧ ਪੂਰਾ ਕੀਤਾ ਜਾਏਗਾ, ਰਹਿਣ ਸਹਿਣ ਦਾ ਪੂਰਾ ਪ੍ਰਬੰਧ। ਇਹਨਾਂ ਗੱਲਾਂ ਕਰਕੇ ਉਹ ਪਾਰਸ ਸੀਗਾ, ਹਮਦਰਦ ਸੀ ਹਰ ਬੰਦੇ ਦਾ। ਇਹਨਾਂ ਗੱਲਾਂ ਕਰਕੇ ਉਹਦਾ, ਉਸ ਬਜ਼ੁਰਗ ਮਾਂ ਦਾ, ਇਹੋ ਜਿਹੇ ਪਤਾ ਨਹੀਂ ਕਿੰਨੀਆਂ ਮਾਵਾਂ ਦਾ, ਕਿੰਨੀਆਂ ਬਜ਼ੁਰਗਾਂ ਔਰਤਾਂ ਦਾ ਉਹ ਹਰਮਨ ਪਿਆਰਾ ਸੀਗਾ, ਅਤੇ ਹਰ ਇੱਕ ਦਿਲ ਉਹਨੂੰ ਅਸੀਸ ਦਿੰਦਾ ਸੀਗਾ। ਇਹਨਾਂ ਕਾਰਨਾਂ ਕਰਕੇ ਉਹ ਪਾਰਸ ਸੀਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਪਾਰਸ ਪਰਸਿਆਂ ਦੁਬਦਾ ਨਾ ਹੋਈ। ਹੁਣ ਇੱਕ ਸ਼ਬਦ ਹੋਰ ਸੁਣੋ ਗੁਰੂ ਗ੍ਰੰਥ ਭਾਈ ਸਾਹਿਬ, ਭਾਈ ਭਗਤ ਰਵਿਦਾਸ ਕਬੀਰ ਸਾਹਿਬ ਕਹਿੰਦੇ ਨੇ ਸ਼ਬਦ ਵਰਤਦੇ, ਕਬੀਰ ਪਾਰਸ ਚੰਦਨ ਹੈ ਤਿੰਨ ਹੈ ਏਕ ਸੁਗੰਧ, ਲੋ ਕਾਠ ਤੇ ਮਿਲ ਤੇਉ ਉਤਮ ਪਏ ਲੋ ਕਾਠ ਨਿਰਗੰਧ। ਕਹਿੰਦੇ ਚੰਦਨ ਵਿੱਚ ਤੇ ਪਾਰਸ ਵਿੱਚ ਕਿੱਡਾ ਪਿਆਰਾ ਗੁਣ ਆ। ਕਬੀਰ ਪਾਰਸ ਚੰਦਨ ਹੈ ਤਿੰਨ ਹੈ ਏਕ ਸੁਗੰਧ, ਸੁਗੰਧ ਮੈਨ ਗੁਣ। ਚੰਦਨ ਵਿੱਚ ਤੇ ਪਾਰਸ ਵਿੱਚ ਕਿੱਡਾ ਵਧੀਆ ਗੁਣ ਆ, ਤਿਹ ਮਿਲ ਤਿਉ ਉਤਮ ਪਏ ਲੋਹ ਕਾਠ ਨਿਰਗੰਧ। ਉਹ ਕਹਿੰਦੇ ਲੋਹੇ ਨਾਲ, ਪਾਰਸ ਨਾਲ ਜੁੜ ਕੇ ਲੋਹਾ ਸੋਨਾ ਬਣ ਗਿਆ, ਤੇ ਲੱਕੜ ਜਿਹੜੀ ਬੇਕਾਰ ਸੀ ਨਾ ਉਹ ਚੰਦਨ ਨਾਲ ਜੁੜ ਕੇ ਸੁਗੰਧੀ ਹੋ ਗਈ। ਇੱਥੇ ਗੱਲ ਕੀਤੀ ਜੇ ਗੁਰੂ ਦੀ, ਗੁਰੂ ਵਿੱਚ ਚੰਦਨ ਵਰਗਾ ਤੇ ਪਾਰਸ ਵਰਗਾ ਗੁਣ ਹੈ। ਜਿਹੜਾ ਬੰਦਾ ਉਗਣਾ ਦਾ ਭਰਿਆ ਵੀ ਹੋਣਾ ਨਾ, ਉਗਣਾ ਦਾ ਭਰਿਆ, ਜਿਵੇਂ ਚੰਦਨ ਨਹੀਂ ਨਾ ਵੇਖਦਾ ਵੀ ਆਹ ਲਾਗੇ ਨਿੰਮ ਆ, ਇਹ 'ਚ ਬੜੀ ਕੁੜੱਤਣ ਆ, ਅਤੇ ਮੈਂ ਇਹਨੂੰ ਆਪਣੀ ਖੁਸ਼ਬੂ ਨਹੀਂ ਦੇਣੀ। ਚੰਦਨ ਉਹਨੂੰ ਵੀ ਖੁਸ਼ਬੂ ਦਿੰਦਾ ਆ। ਸੱਪ ਆ ਕੇ ਚੰਦਨ ਨੂੰ ਚੱਟਦਾ, ਡੰਗ ਮਾਰਦਾ, ਆਪਣੀ ਜ਼ਹਿਰ ਕੱਢ ਕੇ ਚਲਾ ਜਾਂਦਾ ਸਾਰੀ। ਸੱਪ ਆਪਣੀ ਸਾਰੀ ਜ਼ਹਿਰ ਚੰਦਨ ਦੇ ਬੂਟੇ 'ਤੇ ਕੱਢ ਜਾਂਦਾ, ਚੰਦਨ ਉਹਨੂੰ ਠੰਡ ਦਿੰਦਾ, ਚੰਦਨ ਉਹਨੂੰ ਠੰਡ ਦਿੰਦਾ, ਕਿਉਂਕਿ ਉਹ ਜ਼ਹਿਰ ਉਹ ਚੰਦਨ ਦੀ ਲੱਕੜ ਨੂੰ ਚੱਟਦਾ ਆ, ਹੁਣ ਠੰਡਕ ਠੰਡਕ ਮਿਲਦੀ ਆ। ਕਹਿੰਦੇ ਵੇਖੋ ਚੰਦਨ ਦਾ ਸੁਭਾਅ, ਕੋਈ ਜ਼ਹਿਰ ਆ ਕੇ ਉਗਲਦਾ ਪਿਆ ਆ ਅਤੇ ਅੱਗੋਂ ਉਹਨੂੰ ਠੰਡ ਮਿਲਦੀ ਪਈ ਹੈ। ਗੁਰੂ ਦਾ ਸੁਭਾਅ ਦੇਖੋ ਤੁਸੀਂ ਕਿ ਕੋਈ ਗੁਰੂ ਨੂੰ ਆ ਕੇ ਬੁਰਾ ਵੀ ਕਹਿ ਗਿਆ ਅਤੇ ਗੁਰੂ ਅੱਗੋਂ ਉਹਨੂੰ ਠੰਡ ਬਖਸ਼ਦਾ। ਪ੍ਰਿਥੀਆ ਗੁਰੂ ਅਰਜਨ ਸਾਹਿਬ ਨੂੰ ਇੰਨਾ ਬੁਰਾ ਬੋਲਦਾ ਆ, ਪਰ ਮੇਰਾ ਗੁਰੂ ਫਿਰ ਵੀ ਉਹਨੂੰ ਠੰਡ ਮਿਲਦਾ ਆ, ਪਿਆਰ ਦਿੰਦਾ ਆ। ਕੋਈ ਗੁਰੂ ਅੰਗਦ ਦੇਵ ਪਾਤਸ਼ਾਹ, ਗੁਰੂ ਅੰਗਦ ਦੇਵ ਪਾਤਸ਼ਾਹ ਦੇ ਖਿਲਾਫ ਜੋਗੀ ਨੇ ਬੜੀਆਂ ਸਾਜ਼ਿਸ਼ਾਂ ਘੜੀਆਂ, ਕਾਨੇ ਪੱਟ ਨੇ, ਉਹਨੇ ਖਡੂਰ ਸਾਹਿਬ ਦੇ ਵਾਸੀ ਲੋਕ ਨੂੰ ਭੜਕਾ ਵੀ ਦਿੱਤਾ, ਕਢਾ ਨਗਰ ਤੋਂ ਵੀ ਕਢਵਾ ਤਾ ਗੁਰੂ ਅੰਗਦ ਦੇਵ ਸਾਹਿਬ ਨੂੰ। ਤੇ ਗੁਰੂ ਅੰਗਦ ਦੇਵ ਸਾਹਿਬ ਦੇ ਮੁਬਾਰਕ ਮੁੱਖ ਵਿੱਚੋਂ ਕਿਤੇ ਕੋਈ ਭੈੜਾ ਸ਼ਬਦ ਨਿਕਲਿਆ ਹੀ? ਕੋਈ ਏਦਾਂ ਸੱਪ ਵਰਗਾ ਵੀ ਹੁੰਦਾ ਆ, ਪਰ ਗੁਰੂ ਵਰਗਾ ਕੋਈ ਨਹੀਂ ਹੁੰਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਗੁਰੂ ਗੁਰ ਪਾਰਸ ਹਮਲੋ ਮਿਲ ਕੰਚਨ ਹੋਇਆ ਰਾਮ। ਭੱਟਾਂ ਨੇ ਕਿਹਾ ਵੀ ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ, ਨਿਸ ਬਾਸਰ ਏਕ ਸਮਾਨ ਧਿਆਨ, ਸੋ ਨਾਮ ਸੁਨੇ ਸੁਤ ਭਾਨ ਡਰਿਓ, ਭਨ ਦਾਸ ਸੁਵਾਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ। ਕਹਿੰਦਾ ਗੁਰੂ ਰਾਮਦਾਸ ਇਹੋ ਜਿਹੇ ਪਾਰਸ ਨੇ, ਜਿਸ ਗੁਰੂ ਗੁਰੂ ਅਮਰਦਾਸ ਸਾਹਿਬ ਨਾਲ ਜਾਂ ਗੁਰੂ ਰਾਮਦਾਸ ਜਿਹੜਾ ਜੁੜ ਗਿਆ,
ਗੁਰੂ ਨੂੰ ਆਪਣੇ ਵਰਗਾ ਸੋਨਾ ਬਣਾ ਕੇ ਰੱਖ ਦਿੰਦਾ, ਇੰਨਾ ਕਮਾਲ ਦਾ ਵੀ ਪਾਰਸ ਬਣਾ ਦਿੰਦਾ। ਭੰਨ ਦਾਸ ਸੁਵਾਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ। ਪਾਰਸ ਤਾਂਬੇ ਨੂੰ ਲੋਹੇ ਨੂੰ ਸੋਨਾ ਤੇ ਬਣਾ ਦਿੰਦਾ, ਪਰ ਪਾਰਸ ਆਪਣੇ ਵਰਗਾ ਪਾਰਸ ਨਹੀਂ ਬਣਾ ਸਕਦਾ। ਗੁਰੂ ਪਾਰਸ ਐਸਾ ਆ ਜਿਹੜਾ ਸੋਨਾ ਵੀ ਬਣਾਉਂਦਾ ਆ ਲੋਹੇ ਨੂੰ, ਤੇ ਆਪਣੇ ਵਰਗਾ ਪਾਰਸ ਵੀ ਬਣਾ ਦਿੰਦਾ ਆ। ਗੁਰੂ ਨਾਨਕ ਸਾਹਿਬ ਪਾਰਸ ਨੇ ਤੇ ਗੁਰੂ ਅੰਗਦ ਦੇਵ ਸਾਹਿਬ ਜੁੜ ਕੇ ਪਾਰਸ ਹੀ ਹੋ ਗਏ। ਗੁਰੂ ਅਮਰਦਾਸ ਸਾਹਿਬ ਪਾਰਸ ਨੇ, ਗੁਰੂ ਰਾਮਦਾਸ ਜੁੜ ਕੇ ਪਾਰਸ ਹੀ ਬਣ ਗਏ, ਏਦਾਂ ਹੀ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਜਿੰਨਾ ਚਿਰ ਦੁਬਦਾ ਹੈ ਇਹ ਗੁਰੂ ਪਾਰਸ ਦਿਖਾਈ ਨਹੀਂ ਦੇਗਾ, ਸਾਹਮਣੇ ਬੈਠਾ ਦਿਸਣਾ ਨਹੀਂ। ਕੋ ਕੀ ਪਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਤਾਂ ਗੁਰੂ ਦਿਖਾਈ ਨਹੀਂ ਦਿੰਦਾ ਵੀ ਹੇਤ ਦੂਜੇ ਨਾਲ ਲੱਗਾ ਇੱਕ ਗੁਰੂ ਨੂੰ ਛੱਡ ਕੇ। ਦੂਜੇ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ, ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ, ਪਕੜ ਚਲਾਇਣ ਦੂਤ ਜਮ ਕਿਸੇ ਨਾ ਦੇਣੀ ਭੇਤ, ਛੱਡ ਖੜੋ ਤੇ ਖਿੰਨੇ ਮਾਹੇ ਜਿਨਸੋਂ ਲੱਗਾ ਹੇਤ, ਹੱਥ ਮਰੋੜੇ ਤਨ ਕੱਪੇ ਸਿਆਹੋਂ ਹੋਆ ਸੇਤ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੇਖਿਆ ਜ਼ਿੰਦਗੀ ਕਿੱਦਾਂ ਗੁਜ਼ਰਦੀ ਬੰਦੇ ਦੀ, ਜਦੋਂ ਆਪਣੇ ਰੱਬ ਨੂੰ ਜ਼ਿੰਦਗੀ ਆਪਣੇ ਰੱਬ ਨੂੰ ਭੁੱਲ ਕੇ ਜ਼ਿੰਦਗੀ ਗੁਜ਼ਾਰਦਾ, ਫਿਰ ਜ਼ਿੰਦਗੀ ਦੀ ਮੌਤ ਦਾ ਆਖਰੀ ਸਮਾਂ ਆਖਰੀ ਮੰਜ਼ਰ ਬੜਾ ਭੈੜਾ ਆ। ਹੱਥ ਮਰੋੜੇ ਤਨ ਕੱਪੇ ਸਿਆਹੋ ਹੋਆ ਸੇਤ, ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਗੁਰੂ ਕਹਿੰਦਾ ਜਿਹੋ ਜਿਹਾ ਬੀਜਿਆ ਨਾ ਉਹ ਤੈਨੂੰ ਵੱਢਣਾ ਜ਼ਰੂਰ ਪੈਣਾ। ਜੇ ਆਪਣੀ ਘਰ ਦੀ ਸਾਂਝੀ ਕੰਧ ਨਾਲ ਮੈਂ ਕਿੱਕਰ ਲਾ ਰਿਹਾ ਤੇ ਮੈਨੂੰ ਭੁਲੇਖਾ ਵੀ ਇਹ ਕੰਢੇ ਖਿਲਰਨਗੇ ਗਵਾਂਢੀਆਂ ਦੇ ਘਰੇ, ਪਰ ਭੁਲੇਖਾ ਵੀ ਹਵਾ ਦਾ ਝੌਂਕਾ ਮੇਰੇ ਵਿਹੜੇ ਵਿੱਚ ਵੀ ਆਉਣਾ ਆ, ਇਹ ਕਿੱਕਰਾਂ ਦੇ ਕੰਢੇ ਮੇਰੇ ਵਿਹੜੇ ਡਿੱਗਣੇ ਵਿਹੜੇ 'ਚ ਆ ਕੇ ਵੀ ਆ। ਨਫ਼ਰਤ ਦਾ ਬੀਜ ਈਰਖਾ ਦਾ ਬੀਜ ਜਦੋਂ ਬੀਜਦਾ ਆ ਨਾ ਤੇ ਮੈਂ ਸੋਚਦਾ ਵੀ ਸ਼ਾਇਦ ਮੈਨੂੰ ਕੁਛ ਨਹੀਂ ਹੋਣਾ। ਗੁਰੂ ਪਾਤਸ਼ਾਹ ਕਹਿੰਦੇ ਨਹੀਂ ਭਲਿਆ, ਲੋੜੇ ਫਰੀਦਾ ਲੋੜੇ ਦਾਖ ਬਜਾਉਰੀਆਂ, ਕਿੱਕਰ ਬੀਜੇ ਜੱਟ ਹੰਡੇ ਉਨਕ ਤਾਏ ਦਾ ਪੈਂਦਾ ਲੋੜੇ ਪੱਟ, ਜਿਹਾ ਬੀਜੈ ਸੋਲਣੈ ਕਰਮਾ ਸੰਦੜਾ ਖੇਤ। ਪਰ ਪਾਤਸ਼ਾਹ ਕਹਿੰਦੇ ਨੇ ਨਾਨਕ ਪ੍ਰਭ ਸ਼ਰਨਾਗਤੀ ਚਰਨ ਬੁਹਤ ਪ੍ਰਭ ਦੇਤ, ਸੇ ਭਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਜਿਹੜਾ ਗੁਰੂ ਦੀ ਸ਼ਰਨ ਵਿੱਚ ਪਿਆ ਨਾ ਗੁਰੂ ਨੂੰ ਭਾਦੋ ਦੇ ਮਹੀਨੇ ਦੇ ਨਰਕ ਵਿੱਚੋਂ ਕੱਢ ਲੈਂਦਾ ਜੇ। ਭਾਦੋ ਦੇ ਮਹੀਨੇ ਵਿੱਚੋਂ ਜਿਹੜਾ ਮਨੁੱਖ ਆਪਣੇ ਭਾਦੋ ਦੇ ਮਹੀਨੇ ਗੁਰੂ ਨੂੰ ਭੁੱਲ ਗਿਆ ਨਾ ਨਰਕ ਵਿੱਚ ਪੈ ਗਿਆ। ਤੇ ਜਿਹਨੇ ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ, ਬੋਹਿਤ ਮੈਨੇ ਜਹਾਜ਼, ਜਿਸ ਮਨੁੱਖ ਨੇ ਗੁਰੂ ਦੇ ਚਰਨਾਂ ਨੂੰ ਜ਼ਿੰਦਗੀ ਦਾ ਜਹਾਜ਼ ਮੰਨ ਲਿਆ ਵੀ ਇੱਥੇ ਬੈਠ ਕੇ ਸੁਭਾ ਜ਼ਿੰਦਗੀ ਤੋਂ ਪਾਰ ਲੰਘ ਜਾਈਦਾ, ਸੇ ਭਾਦੋਏ ਨਰਕ ਨਾ ਪਾਈ ਹੈ, ਉਹ ਮਨੁੱਖ ਭਾਦੋ ਦੇ ਮਹੀਨੇ ਅੰਤ ਨਰਕ ਵਿੱਚ ਨਹੀਂ ਪੈਂਦੇ। ਸੇ ਭਾਦੋਏ ਨਰਕ ਨਾ ਪਾਈ ਹੈ, ਕਿਉਂ? ਗੁਰ ਰੱਖਣ ਵਾਲਾ ਹੇਤ, ਗੁਰੂ ਦਾ ਹੇਤ ਗੁਰੂ ਦਾ ਪਿਆਰ ਸਾਨੂੰ ਰੱਖਣ ਵਾਲਾ ਹੈ, ਸਾਨੂੰ ਬਚਾਉਣ ਵਾਲਾ ਹੈ। ਇਸੇ ਕਰਕੇ ਕਹਿੰਦੇ ਨੇ ਬਿਨ ਦੇਖੇ ਉਪਜੇ ਨਹੀਂ ਆਸਾ,
ਬਿਨਾਂ ਦੇਖੇ ਤੋਂ ਮਨ ਵਿੱਚ ਆਸਾ ਨਹੀਂ ਉਪਜਦੀ। ਪਰਮਾਤਮਾ ਨੂੰ ਵੇਖਣ ਤੋਂ ਬਿਨਾਂ ਮਨ 'ਚ ਆਸ ਹੀ ਨਹੀਂ ਵੱਜਦੀ। ਹੁਣ ਪਰਮਾਤਮਾ ਨੂੰ ਕਿੱਦਾਂ ਵੇਖਣਾ ਆ? ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਪਉ ਕੌਣ ਭਲੇ ਕੋ ਮੰਦੇ। ਬਲਹਾਰੀ ਗੁਰੇ ਆਪਣੇ ਦਿਉਹਾੜੀ ਸਦਵਾ, ਜਿਨ ਮਾਨਸ ਤੇ ਦੇਵਤ ਕੀਏ ਕਰਤ ਨਾ ਲਾਗੀ ਵਾਰ। ਗੁਰੂ ਨੂੰ ਕਿੱਦਾਂ ਕਹਿੰਦੇ, ਰੱਬ ਨੂੰ ਵੇਖਣਾ ਤੇ ਕਿੱਦਾਂ ਵੇਖਣਾ? ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ, ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ, ਨੀਚ ਨੀਚ ਊਚ ਤੇ ਜੋਤ ਸਮਾਣੀ, ਕਟ ਕਟ ਮਾਧੋ ਜੀਆ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਰੱਬ ਨੂੰ ਵੇਖਣਾ ਕਹਿੰਦੇ, ਰੱਬ ਆਸ ਪਾਸ ਤੇਰੇ ਵੱਸਦਾ ਪਿਆ। ਵੇਖ ਵੇਖਣ ਵਾਲਾ ਨਾਨਕ ਸੇ ਅੱਖੜੀਆਂ ਬਿਆਨ, ਜਿਨੀ ਡਸਨ ਦੋ ਮਾਂ ਪਿਰੀ, ਬਿਨ ਦੇਖੇ ਉਪਜੇ ਨਹੀਂ ਆਸਾ। ਤੇ ਗੁਰੂ ਨਾਨਕ ਸਾਹਿਬ ਨੇ ਕਹਿੰਦੇ, ਜਬ ਦੇਖਾਂ ਤਬ ਗਾਵਾਂ, ਭਗਤ ਨਾਮਦੇਵ, ਜਬ ਦੇਖਾਂ ਤਬ ਗਾਵਾਂ, ਤੋ ਜਨਤ ਧੀਰਜ ਪਾਵਾਂ, ਨਾਦ ਸਮਾਇਲੋ ਰੇ ਸਤਿਗੁਰ ਭੇਟਲੇ ਦੇਵਾ। ਇੱਦਾਂ ਹੀ ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਉਸ ਰੱਬ ਨੂੰ ਵੇਖਦਾ ਹਾਂ ਮੈਂ ਹਰ ਵੇਲੇ, ਬਿਨ ਦੇਖੇ ਉਪਜੇ ਨਹੀਂ ਆਸਾ। ਹਰ ਪਾਸ ਹਰ ਵੇਲੇ ਆਸ ਪਾਸ ਵੇਖਦਾ ਮਾਲਕ ਨੂੰ। ਜੋ ਦੀ ਸੈ ਸੋ ਹੋਏ ਬਿਨਾਸਾ, ਇਹ ਵੀ ਦੱਸਦੇ ਨੇ ਜੋ ਦੁਨੀਆਂ ਦੇ ਪਦਾਰਥ ਜਿਨ੍ਹਾਂ ਵੱਲ ਮੇਰਾ ਧਿਆਨ ਲੱਗਾ ਹੋਇਆ। ਰੱਬ ਦੱਸਦਾ ਕਿਉਂ ਨਹੀਂ? ਕਿਉਂਕਿ ਸਾਡਾ ਧਿਆਨ ਅਜੇ ਪਦਾਰਥ ਵੱਲ, ਪਦਾਰਥਵਾਦੀ ਸੁਰਤ ਵੱਲ ਲੱਗਾ ਹੋਇਆ। ਜਿੱਦਣ ਉੱਧਰੋਂ ਥੋੜ੍ਹਾ ਜਿਹਾ ਹਟਿਆ, ਰੱਬ ਦਿਸ ਪੈਣਾ। ਜੋ ਦਿਸ ਹੈ, ਜੋ ਸੰਸਾਰ ਦੇ ਪਦਾਰਥ ਦਿਖਾਈ ਦਿੰਦੇ ਨੇ, ਸੋ ਹੋਏ ਬਿਨਾਸਾ, ਨਾਸ਼ ਹੋ ਜਾਣਗੇ। ਵਰਨ ਸਹਿਤ ਜੋ ਜਾਪੈ ਨਾਮ, ਵਰਨ ਸਹਿਤ, ਵਰਨ ਦਾ ਅਰਥ ਵਰਣਨ ਸਹਿਤ, ਕੋਈ ਰੱਬ ਦੇ ਗੁਣਾਂ ਦਾ ਵਰਣਨ ਕਰੇ, ਵਖਿਆਨ ਕਰੇ, ਵਿਚਾਰੇ ਉਹਨਾਂ ਨੂੰ। ਵਰਨ ਸਹਿਤ ਜੋ ਜਾਪੈ ਨਾਮ, ਇਹੀ ਨਾਮ ਜਪਣਾ, ਰੱਬ ਦੇ ਗੁਣਾਂ ਦਾ ਵਿਆਖਿਆ ਕਰਨੀ, ਵਿਚਾਰ ਕਰਨੀ, ਵਰਣਨ ਕਰਨਾ, ਇਹੀ ਉਹਦਾ ਨਾਮ ਜਪਣਾ ਆ। ਉਹਦੇ ਗੁਣਾਂ ਨੂੰ ਚੇਤੇ ਰੱਖਣਾ ਵੀ ਰੱਬ ਗੁਣ ਕੀ ਚੇਤੇ ਕਰ ਰਹੇ। ਹਮ ਅਵਗੁਣ ਤੁਮ ਉਪਕਾਰੀ, ਤੁਮ ਚੰਦਨ ਹਮ ਇਰੰਡ, ਬਾਪਰੇ ਸੰਗ ਤੁਮਾਰੇ ਵਾਸਾ, ਨੀਚ ਰੂਖ ਤੇ ਊਚ ਪਏ ਹੈ ਗੰਧ ਸੁਗੰਧ ਨਿਵਾਸਾ। ਗੁਣ ਕੀ ਰੱਬ ਦੇ ਚੇਤੇ ਕਰਨੇ ਨੇ? ਜੈਸਾ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰ ਉਪਾਵੋ, ਡੁੱਬਦੇ ਪੱਥਰ ਤਾਰੇ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਬਿਖੈ ਬਿਖ ਖਾਹੀ। ਇਹ ਗੁਣ ਚੇਤੇ ਕਰਨੇ ਕਿ ਮਾਲਕ ਜੀ ਮੇਰੇ 'ਚ ਤੇ ਔਗਣ ਹੀ ਔਗਣ ਹੈ, ਤੇਰੇ 'ਚ ਗੁਣ ਹੀ ਗੁਣ ਆ, ਇਹ ਚੇਤੇ ਕਰਨਾ। ਜੋ ਜੋਗੀ ਕੇਵਲ ਨਹਿਕਾਮ, ਉਹੀ ਜੋਗੀ ਨਿਸ਼ਕਾਮ ਹੋ ਗਿਆ, ਕਾਮਨਾ ਰਹਿਤ ਹੋ ਗਿਆ ਹੈ। ਸੋ ਮੋਨਾ ਮਨ ਕੀ ਦੁਬਦਾ ਖਾਏ, ਮੋਨ ਦਾ ਅਰਥ ਹੈ ਰਿਸ਼ੀ। ਹੁਣ ਸਾਨੂੰ ਗੁਰੂ ਸਾਹਿਬ ਨੇ ਇੱਕ ਪਾਸੇ ਤੇ ਇਹਨਾਂ ਰਿਸ਼ੀਆਂ ਮੁਨੀਆਂ ਵਾਲੇ ਰਾਹ ਤੋਂ ਜਾਣ ਤੋਂ ਰੋਕਿਆ, ਪਰ ਇੱਕ ਪਾਸੇ ਗੁਰੂ ਸਾਨੂੰ ਕਹਿੰਦੇ ਤੂੰ ਜੋਗੀ ਵੀ ਆ, ਤੂੰ ਮੁਨੀ ਵੀ ਆ, ਤੂੰ ਰਿਸ਼ੀ ਵੀ ਆ, ਕਿੱਦਾਂ ਆ ਭਲਾ? ਉਹ ਗੁਣਾਂ ਦਾ। ਸੋ ਜੋਗੀ ਕੇਵਲ ਨਹਿਕਾਮ, ਉਹੀ ਮਨੁੱਖ ਜੋਗੀ ਹੈ ਜਿਹੜਾ ਵਾਸ਼ਨਾ ਤੋਂ ਰਹਿਤ ਹੈ, ਜਿਹੜਾ ਦੁਨੀਆਂ ਦੀਆਂ ਪਦਾਰਥਵਾਦੀ ਸੁਰਤ ਵਿੱਚੋਂ ਨਿਕਲ ਕੇ ਆਪਣੇ ਰੱਬ ਨੂੰ ਵੇਖਦਾ ਆ। ਸੋ ਜੋਗੀ, ਫਿਰ ਨਾਲ ਕਿਹਾ ਸੋ ਮੁਨ ਮਨ ਕੀ ਦੁਬਦਾ ਖਾਏ, ਉਹੀ ਰਿਸ਼ੀ ਆ, ਉਹੀ ਮੁਨੀ ਆ,
ਜਿਹੜਾ ਆਪਣੇ ਮਨ ਦੀ ਦੁਬਧਾ ਮੁਕਾ ਦਿੰਦਾ। ਦੁਬਧਾ ਤੇ ਇੱਕ ਰੱਬ ਨਹੀਂ ਵੇਖਣ ਦਿੰਦੀ। ਜਿਹੜਾ ਹੁਣ ਵੇਖੋ, ਕੋਈ ਸੋਚਦਾ ਚਲੋ ਅੱਜ ਭਾਈ ਤੇ ਅੱਜ ਮਹੀਨਾ ਸ਼ੁਰੂ ਹੋਇਆ, ਆਪਾਂ ਗੁਰੂ ਦੇ ਦੀਦਾਰ ਕਰਦੇ, ਦਰਸ਼ਨ ਕਰਦੇ, ਬਾਣੀ ਪੜ੍ਹਦੇ, ਜੀਵਨ ਜੀਵਾਂਗੇ ਗੁਰੂ ਦੇ ਆਸਰੇ ਨਾਲ। ਅਤੇ ਕਈਆਂ ਨੇ ਹੁਣ ਵੇਖਣਾ ਵੀ ਭਲੇ ਕੁਛ ਲੋਕ ਇੱਦਾਂ ਦੇ ਵੀ ਹੁੰਦੇ ਨੇ ਜਿਨ੍ਹਾਂ ਨੇ ਗੁਰੂ ਘਰ ਜਾ ਕੇ ਬਾਣੀ ਸੁਣਨ ਪੜ੍ਹਨ ਦੀ ਬਜਾਏ ਬਾਬਿਆਂ ਦੇ ਡੇਰੇ ਜਾਣਾ ਹੁੰਦਾ, ਪੀਰਾਂ ਮਜ਼ਾਰਾਂ 'ਤੇ ਜਾਣ ਦੀ ਆਦਤ ਬਣਾ ਲਈ। ਇੱਕ ਰੱਬ ਨੂੰ ਭੁੱਲ ਗਏ। ਸੋ ਮੁਨ ਮਨ ਕੀ ਦੁਬਦਾ ਖਾਏ, ਬਿਨ ਦੁਆਰੇ ਤ੍ਰੈ ਲੋਕ ਸਮਾਏ। ਬਿਨ ਦੁਆਰੇ ਤ੍ਰੈ ਲੋਕ ਸਵਾਏ, ਪਰਮਾਤਮਾ ਦਾ ਆਪਣਾ ਕੋਈ ਘਰ ਨਹੀਂ ਹੈ ਪਰ ਉਹ ਸਾਰੇ ਲੋਕ 'ਚ ਸਮਾਇਆ ਹੋਇਆ। ਬਿਨ ਦੁਆਰੇ ਕੋਈ ਦਰਬਾਰ ਨਹੀਂ ਉਹਦਾ, ਤ੍ਰੈ ਲੋਕ ਸਮਾਏ, ਤਿੰਨਾਂ ਲੋਕਾਂ 'ਚ ਸਮਾਇਆ। ਮਨ ਕਾ ਸੁਭਾਓ ਸਭ ਕੋਈ ਕਰੇ, ਹਰ ਬੰਦੇ ਦਾ ਆਪੋ ਆਪਣੇ ਮਨ ਦਾ ਸੁਭਾਅ ਆ, ਆਪਣੀ ਮਰਜ਼ੀ ਕਰਦਾ ਆ। ਕਰਤਾ ਹੋਏ ਸੋ ਅੰਨ ਪਹਿਰ ਰਹੇ, ਪਰ ਜਿਹੜਾ ਆਪਣੇ ਵਾਹਿਗੁਰੂ ਦੇ ਕਰਤੇ ਨੂੰ ਹੁਕਮ ਨੂੰ ਮੰਨਦਾ ਨਾ, ਉਹ ਅੰਨ ਪੈ ਰਹੇ। ਅੰਨ ਪੈ ਦਾ ਅਰਥ ਹੈ ਨਿਡਰ ਹੋ ਕੇ ਰਹਿਣਾ। ਉਹ ਦੁਨੀਆਂ ਦੇ ਡਰ ਲਾ ਦਿੰਦਾ ਹੈ, ਫਿਰ ਇੱਕੋ ਪਰਮਾਤਮਾ ਡਰ ਰੱਖਦਾ ਜੀਵਨ ਵਿੱਚ। ਫਲ ਕਾਰਨ ਫੁੱਲੀ ਬਨ ਰਾਏ, ਫਲ ਕਾਰਨ। ਹੁਣ ਮੰਨ ਲਓ ਕਿਸੇ ਨੇ ਰੁੱਖ ਲਾਇਆ, ਫਲ ਦਾ ਬੂਟਾ ਲਾਇਆ, ਜਦੋਂ ਫਲ ਦਾ ਬੂਟਾ ਪਹਿਲਾਂ ਉਹਨੂੰ ਫੁੱਲ ਲੱਗਦੇ, ਫਿਰ ਉਹਨੂੰ ਫਲ ਲੱਗਦੇ। ਫਲ ਕਾਰਨ, ਫਲ ਦੇ ਕਾਰਨ ਫੁੱਲੀ ਬਨ ਰਾਏ, ਬਨਸਪਤੀ ਪੈਦਾ ਫੁੱਲ ਦੀ ਹੈ। ਫਲ ਲਾਗਾ ਤਬ ਫੁੱਲ ਬਿਲਾਏ, ਜਦੋਂ ਫਲ ਲੱਗ ਗਿਆ ਫੁੱਲ ਝੜ ਜਾਂਦਾ। ਹੁਣ ਮੰਨ ਲਓ ਗੁਲਾਬ ਦਾ ਫੁੱਲ ਲੈਣਾ, ਪਹਿਲਾਂ ਉਹਦਾ ਫੁੱਲ ਖਿੜਿਆ, ਮੁੜ ਕੇ ਉਸੇ ਹੀ ਫੁੱਲ ਦੀਆਂ ਪੱਤੀਆਂ ਝੜ ਜਾਂਦੀਆਂ ਨੇ, ਉਹਦਾ ਬੀਜ ਮਗਰ ਰਹਿ ਜਾਂਦਾ। ਫਲ ਲਾਗਾ, ਜਦੋਂ ਫਲ ਲੱਗ ਗਿਆ ਫੁੱਲ ਬਿਲਾਏ, ਪੱਤੀਆਂ ਝੜ ਗਈਆਂ, ਫੁੱਲ ਖਤਮ ਹੋ ਗਿਆ। ਇੱਦਾਂ ਹੀ ਕਹਿੰਦੇ ਕਹਿੰਦੇ ਗਿਆਨੇ ਕਾਰਨ, ਗਿਆਨ ਲੈਣ ਵਾਸਤੇ ਗਿਆਨ ਦੇ ਕਾਰਨ ਹੀ ਕਰਮ ਅਭਿਆਸ। ਕਰਮ ਅਭਿਆਸ ਕੀ? ਆਪਣੀ ਕਿਰਤ ਕਰਮ ਦਾ ਅਭਿਆਸ, ਆਪਣੀ ਕਿਰਤ ਕਰਨ ਦਾ ਰੋਜ਼ਾਨਾ ਦਾ ਅਭਿਆਸ। ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਪਿਆ ਤਹਿ ਕਰਮ ਨਾਸ। ਗਿਆਨ ਪਿਆ, ਜਿੱਥੇ ਗਿਆਨ ਆ ਗਿਆ ਉੱਥੇ ਕਰਮ ਨਾਸ, ਕਰਮ ਕਾਂਡ ਮੁੱਕ ਗਏ। ਜਿੱਥੇ ਗੁਰੂ ਦੀ ਸਮਝ, ਗੁਰੂ ਵਾਲੀ, ਸਤਿਗੁਰ ਕੀ ਜਿਸ ਨੂੰ ਮਤ ਆਵੈ, ਸੋ ਸਤਿਗੁਰ ਮਾਹੀ ਸਮਾਨਾ, ਇਹ ਬਾਣੀ ਜੋ ਜੀਓ ਜਾਣੈ, ਤਿਸ ਅੰਤਰ ਰਵੈ ਹਰ ਨਾਮਾ। ਸੋ ਜਨ ਰਲਾਇਆ ਨਾ ਰਲੈ, ਜਿਸ ਅੰਤਰ ਵਿਵੇਕ ਵਿਚਾਰ। ਫਿਰ ਪਾਛਣ ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਵਾਸਤੇ ਜੋ ਗਿਆਨ ਆ ਗਿਆ ਫਿਰ ਕਰਮ ਦਾ ਅਭਿਆਸ ਹੋਇਆ। ਗਿਆਨ ਭਇਆ ਤੈਂ ਕਰਮ ਨਾਸ, ਪਖੰਡ ਮੁੱਕ ਗਏ ਦੁਨੀਆਂ ਦੇ, ਕਰਮ ਕਾਂਡ ਮੁੱਕ ਗਏ, ਜ਼ਿੰਦਗੀ ਜਿਉਂਦਾ ਚੱਜ ਆ ਗਿਆ। ਕਹਿੰਦੇ ਇਸੇ ਤਰ੍ਹਾਂ ਜ਼ਿੰਦਗੀ ਦਾ ਨਾਂ ਇਹ ਹੈ ਵੀ ਮਨ ਸਮਝਾਵਨ ਕਾਰਨ ਕਛੂਕ ਪੜੀਐ ਗਿਆਨ। ਗੁਰੂ ਕਹਿੰਦਾ ਮਨ ਨੂੰ ਸਮਝਾਉਣ ਵਾਸਤੇ ਗਿਆਨ ਲੈਣਾ ਚਾਹੀਦਾ। ਮਨ ਨੂੰ ਇੱਕ ਥਾਂ ਟਿਕਾ, ਮਨ ਨੂੰ ਸੁਰਤ ਜਿਹੜੀ ਹੈ ਨਾ ਗੁਰੂ ਨਾਲ ਜੋੜ ਕੇ ਤਾਂ ਵੇਖ। ਜਿਹੜੇ ਬੰਦੇ ਦੀ ਰੱਬ ਤੋਂ ਸੁਰਤ ਭੁੱਲੀ ਹੋਈ ਨਾ, ਰੱਬ ਨੂੰ ਭੁੱਲਿਆ ਹੋਇਆ, ਹੁਣ ਰੱਬ ਦਾ ਕੋਈ ਡਰ ਪਿਆ ਨਹੀਂ। ਉਹ ਗੁਰਦੁਆਰੇ ਵੀ ਜਾਊ, ਉੱਥੇ ਵੀ ਗੁਰੂ ਪਾਤਸ਼ਾਹ ਦੀ ਬੇਅਦਬੀ ਹੀ ਕਰਨ ਜਾਂਦਾ, ਕੋਈ ਡਰ ਨਹੀਂ ਲੈ ਗਿਆ। ਇੱਕ ਬੇਨਤੀ ਹੋਰ ਕਰ ਦਿੰਦਾ, ਬੜੇ ਲੋਕ ਉਹ ਨੇ ਜਿਨ੍ਹਾਂ ਨੂੰ ਅੱਜ ਦੇ ਟਾਈਮ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਡਰ ਨਹੀਂ ਹੈ ਪਰ ਬੰਦੇ ਦਾ ਡਰ ਬੜਾ ਹੈ। ਸੁਣਿਓ, ਮੰਨ ਲਓ ਕੋਈ ਬੰਦਾ
ਜਿਹੜਾ ਬੰਦਾ ਹੁਣ ਗੁਰਦੁਆਰਾ ਵੇਖਿਆ ਵੀ ਖਾਲੀ ਪਿਆ, ਕੋਈ ਅੰਦਰ ਗੁਰਦੁਆਰੇ 'ਚ ਨਹੀਂ ਹੈਗਾ, ਬੇਅਦਬੀ ਵੀ ਕਰਨ ਜਾਂਦਾ, ਉੱਥੇ ਇੱਕ ਬੰਦਾ ਬੈਠਾ ਹੋਇਆ ਨਾ, ਉਹਦਾ ਹਿੰਮਤ ਨਹੀਂ ਪਏਗਾ ਵੀ ਗਾਂਹ ਜਾਵਾਂ। ਉਹਨੂੰ ਡਰ ਗੁਰੂ ਦਾ ਨਹੀਂ ਹੈ, ਉਹਨੂੰ ਡਰ ਬੰਦੇ ਦਾ ਹੈ। ਪਰ ਗੁਰੂ ਸਾਹਿਬ ਦੀ ਬਾਣੀ ਨੇ ਸਾਨੂੰ ਰੱਬ ਦਾ ਡਰ ਪਾਉਣ ਵਾਸਤੇ ਕਿਹਾ ਵੀ ਉਸ ਪਰਮਾਤਮਾ ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ, ਸਵਾਮੀ ਸਰਬ ਰਿਆ ਭਰਪੂਰੇ। ਗੁਰੂ ਕਹਿੰਦਾ ਵੀ ਉਸ ਪਰਮੇਸ਼ਰ ਦਾ ਨਿਰਮਲ ਭਉ ਅੰਦਰ ਵਸਾ, ਦੁਨੀਆਂ ਨੂੰ ਡਰ ਲੈ ਗਿਆ ਰੱਬ ਦਾ। ਫਿਰ ਪਾਤਸ਼ਾਹ ਕਹਿੰਦੇ ਨੇ ਕ੍ਰਿਤ ਕਾਰਨ ਦਦ ਮਥੇ ਸਿਆਂ, ਦੁੱਧ ਦੇ ਵਾਸਤੇ ਹੀ ਮੱਖਣ ਕੱਢਣ ਵਾਸਤੇ ਸਿਆਣੀ ਔਰਤ ਦੁੱਧ ਰਿੜਕਦੀ ਹੈ। ਕ੍ਰਿਤ ਕਾਰਨ ਦਦ ਦੁੱਧ ਮਥੇ ਰਿੜਕਦੀ ਹੈ ਸਿਆਣ ਸਿਆਣੀ ਔਰਤ, ਜੀਵਤ ਮੁਕਤ ਸਦਾ ਨਿਰਵਾਣ। ਹੁਣ ਜਿਹਨੇ ਆਪਣੇ ਜਿਉਂਦੇ ਜੀ ਆਪਣੇ ਜੀਵਨ ਦੀ ਮਧਾਣੀ ਚਲਾਈ ਆ, ਭਾਵ ਗੁਣ ਰੂਪੀ ਤੱਤ ਇਕੱਠਾ ਕਰ ਲਿਆ, ਮੱਖਣ ਰੂਪੀ ਤੱਤ ਜਿਹਨੇ ਇਕੱਠਾ ਕਰ ਲਿਆ, ਪੰਡਿਤ ਦਹੀਂ ਵਿਲੋਈਐ ਵਿੱਚੋਂ ਨਿਕਲੇ ਤੱਥ। ਪਰ ਉਹਨਾਂ ਨੇ ਗੱਲ ਨਾਲ ਹੀ ਵੀ ਸਮਝਾਈ ਹੈ, ਕਹਿ ਲੱਗੇ ਐਸੋ ਅਚਰਜ ਦੇਖਿਓ ਕਵੀ, ਦੱਦ ਕੇ ਭੁੱਲੈ ਮਰੋਲੈ ਨੀਰ, ਲੋਕ ਮੈਂ ਪਾਣੀ 'ਚ ਮਧਾਣੀ ਪਾਉਂਦੇ ਵੀ ਵੇਖੇ ਨੇ। ਰਿੜਕੀ ਜਾ ਰਹੇ ਪਰ ਨਿਕਲਣਾ ਕੱਖ ਨਹੀਂ। ਪਰ ਕਹਿੰਦੇ ਨੇ ਪੰਡਿਤ ਦਹੀਂ ਵਲੋਈਐ ਵਿੱਚੋਂ ਨਿਕਲੇ ਤੱਥ, ਕਿ ਗੁਣਾਂ ਵਾਲੀ ਵਿਚਾਰ ਕਰਿਆ ਕਰ, ਜਿੱਥੋਂ ਕੋਈ ਸਿੱਟਾ ਨਿਕਲਣਾ ਤੱਤ ਨਿਕਲਣਾ, ਐਵੇਂ ਵਿਹਲਿਆਂ ਕੋਲ ਬੈਠ ਕੇ ਪਾਣੀ 'ਚ ਮਧਾਣੀ ਨਾ ਪਾਇਆ ਕਰ, ਕਰਮ ਕਾਂਡਾਂ ਦੇ ਰਾਹ ਜਾ ਕੇ ਵਹਿਮਾਂ ਭਰਮਾਂ ਦੇ ਮਗਰ ਲੱਗ ਕੇ ਪਾਣੀ 'ਚ ਮਧਾਣੀ ਨਾ ਪਾ। ਜੀਵਤ ਮੁਕਤ ਸਦਾ ਨਿਰਵਾਣ, ਕਹਿ ਰਵਿਦਾਸ ਪਰਮ ਬੈਰਾਗ। ਰਵਿਦਾਸ ਮਹਾਰਾਜ ਕਹਿੰਦੇ ਨੇ ਵੀ ਕਹਿ ਰਵਿਦਾਸ ਪਰਮ ਬੈਰਾਗ, ਉੱਚੀ ਬੈਰਾਗੀ ਬੈਰਾਗ ਅਵਸਥਾ ਪਹੁੰਚ ਗਈ। ਕਦੋਂ ਰਿਦੇ ਰਾਮ ਕੀ ਨਾ ਜਪਸ ਅਪਹਾਗ, ਹੇ ਮੇਰੇ ਪਿਆਰੇ ਹਿਰਦੇ ਦੇ ਅੰਦਰ ਆਪਣੇ ਮਾਲਕ ਨੂੰ ਚੇਤੇ ਕਿਉਂ ਨਹੀਂ ਕਰਦਾ, ਹੇ ਅਭਾਗੇ ਬੰਦੇ ਆਪਣੇ ਮਾਲਕ ਨੂੰ ਚੇਤੇ ਕਰ, ਤੂੰ ਭਾਗਾਂ ਵਾਲਾ ਬਣ ਜਾਏਗਾ, ਗੁਣਵਾਨ ਬਣ ਜਾਏਗਾ। ਸਤਿਗੁਰ ਨੇ ਸ਼ਬਦ ਦੇ ਜ਼ਿਕਰ ਵਿੱਚ ਅਤੇ ਮਹੀਨੇ ਦੇ ਸ਼ਬਦ ਦੇ ਅੰਦਰ ਗੱਲ ਇਹ ਸਮਝਾਈ ਕਿ ਜਿੱਦਣ ਆਪਣੇ ਮਨ ਅੰਦਰ ਦੁਬਦਾ ਬੈਠੀ ਹੈ ਨਾ, ਗੁਰੂ ਨਜ਼ਰ ਨਹੀਂ ਜੇ ਆਇਆ, ਦੁਬਦਾ ਮੁੱਕ ਗਈ, ਅੱਖਾਂ ਤੋਂ ਭੁਲੇਖਾ ਲੈ ਗਿਆ, ਵਹਿਮ ਭਰਮ ਪਖੰਡ ਛੱਡ ਦਿੱਤੇ, ਦੁਨੀਆਂ ਨੇ ਧਾਗੇ ਤਵੀਤ ਜੋਤਸ਼ੀ ਪਾਂਦੇ ਮੀਆਂ ਮੌਲਵੀ ਇਹ ਇਹਨਾਂ ਕੋਲ ਜਾ ਕੇ ਹੱਥ ਵਿਖਾਉਣੇ ਛੱਡ ਕੇ, ਜਿੱਦਣ ਉਦਣ ਰੱਬ ਦਿਸ ਬਹਿਣਾ, ਇਹ ਸਾਡੀਆਂ ਅੱਖਾਂ 'ਚ ਪੜਦਾ ਹੈ ਜੋ ਸਾਨੂੰ ਰੱਬ ਦੇਖਣ ਨਹੀਂ ਦਿੰਦੇ। ਹੁਣ ਵੇਖੋ ਜਿਹੜੇ ਬੰਦੇ ਨੇ ਆਖਿਰ ਨਾ ਵੀ ਤੇਰੇ ਘਰ ਦਾ ਨੁਕਸਾਨ ਤੇਰਾ ਭਰਾ ਹੀ ਕਰਦਾ ਪਿਆ, ਲੜਾਈ ਪਾਇਆ, ਹੁਣ ਪੁੱਛੇਗਾ ਵੀ ਹੱਲ ਕੀ ਹੈ? ਹੋ ਸਕਦਾ ਬਲੀ ਮੰਗ ਲਏ ਬੱਚੇ ਦੀ, ਹੋ ਸਕਦਾ ਅਗਲਾ ਕਿ ਤੂੰ ਤੇਰੇ ਉਹਦਾ ਨੁਕਸਾਨ ਕਰਨ ਵਾਸਤੇ ਆਹ ਫਲਾਣਾ ਕੰਮ ਕਰਨ ਲਈ, ਬੜੇ ਲੋਕ ਨੇ ਠੱਗੀਆਂ ਦਾ ਕੰਮ ਕਰਦੇ ਨੇ। ਉਹ ਜਿਹੜੇ ਭਰਾ ਦੋਵੇਂ ਕਈ ਵਾਰ ਇਕੱਠੇ ਹੁੰਦੇ ਨਾ, ਕਈ ਵਾਰ ਬਹੁਤੇ ਭਰਾਵਾਂ ਵਿੱਚ ਫੁੱਟ ਇਹਨਾਂ ਪਖੰਡੀਆਂ ਬਾਬਿਆਂ ਨੇ ਵੀ ਪਾਈ, ਕੋਈ ਸ਼ੱਕ ਨਹੀਂ। ਇਸ ਕਰਕੇ ਇਹਨਾਂ ਤੋਂ ਬਚ ਕੇ ਰਹੋ, ਜਿੰਨਾ ਬਚਾਂਗੇ ਰੱਬ ਦੇ ਉਹਨਾਂ ਨੇੜੇ ਹੋ ਜਾਵਾਂਗੇ, ਬਾਣੀ ਦੇ ਨੇੜੇ ਹੋ ਜਾਵਾਂਗੇ। ਜਦੋਂ ਜਿਵੇਂ ਬਾਣੀ ਤੋਂ ਦੂਰ ਹੋਵਾਂਗੇ, ਇਹਨਾਂ ਪਖੰਡੀਆਂ ਦੇ ਵੱਲ ਜਾਵਾਂਗੇ, ਲੁੱਟੇ ਅਤੇ ਠੱਗੇ ਜਾਵਾਂਗੇ। ਗੁਰੂ ਪਾਤਸ਼ਾਹ ਨੂੰ ਦੁਬਧਾ ਦੂਰ ਕਰਨ ਦੀ ਜਿਹੜੀ ਹੈ ਉਹ ਵਿਚਾਰ ਬਖਸ਼ਦੇ ਨੇ, ਵਿਚਾਰ ਕਰਦੇ ਭੁੱਲਾਂ ਦੀ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।